ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨ ਜਗ ਸਾਧ ਸੰਗਤ ਜੀਓ, ਕਈ ਗੁਰਸਿੱਖ ਪਿਆਰਿਆਂ ਦੇ ਮਨ ਦੇ ਅੰਦਰ ਹੈ ਨਾ ਇਹ ਸਵਾਲ ਬਣਿਆ ਰਹਿੰਦਾ ਹੈਗਾ ਕਿ ਅਸੀਂ ਨਿਤਨੇਮ ਵੀ ਕਰਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਔਰ ਕਿਸੇ ਕਾਰਜ ਦੀ ਸਿੱਧੀ ਦੇ ਵਾਸਤੇ ਅਸੀਂ ਸ਼ਬਦ ਦੀ ਆਰਾਧਨਾ ਵੀ ਕਰਦੇ ਹਾਂ, ਨੇਮ ਵੀ ਪੂਰਾ ਰੱਖਦੇ ਹਾਂ, ਪਰ ਉਸ ਕਾਰਜ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ। ਕਿਉਂਕਿ ਬਹੁਤ ਸਾਰੇ ਗੁਰਸਿੱਖਾਂ ਦੇ ਹੈ ਨਾ ਕਈ ਵਾਰ ਐਸੇ ਵਿਚਾਰ ਆਉਂਦੇ ਆ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਪਹਿਲੇ ਨਾਲੋਂ ਵੀ ਦੁੱਖਾਂ ਦੇ ਵਿੱਚ ਜ਼ਿਆਦਾ ਫਸਦਾ ਜਾ ਰਿਹਾ ਹੈ। ਜਿਉਂ ਜਿਉਂ ਉਹ ਗੁਰਬਾਣੀ ਦੇ ਵਿੱਚ ਆਪਣੇ ਮਨ ਨੂੰ ਲਗਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਆਸ ਉਮੀਦ ਨੂੰ ਲੈ ਕੇ ਗੁਰਬਾਣੀ ਪੜ੍ਹਦੇ ਆ, ਤਾਂ ਉਹਨਾਂ ਦੀ ਆਸ ਉਮੀਦ ਜਿਹੜੀ ਹੈ ਨਾ ਉਹ ਕਾਮਯਾਬ ਹੋਣ ਦੀ ਜਗ੍ਹਾ 'ਤੇ ਫੇਲ ਹੋਈ ਜਾਂਦੀ ਆ। ਸੋ ਇਸ ਕਰਕੇ ਹੈ ਨਾ ਕਈ ਤਾਂ ਗੁਰਸਿੱਖ ਜਿਹੜੇ ਹੈਗੇ ਆ ਉਹ ਕੰਮ ਦੇ ਵਿੱਚ ਕਾਮਯਾਬੀ ਨਾ ਮਿਲਣ ਕਰਕੇ ਗੁਰਬਾਣੀ ਦਾ ਨੇਮ ਹੀ ਛੱਡ ਦਿੰਦੇ ਆ, ਔਰ ਉਹ ਇੰਨੇ ਆਪਣੇ ਆਪ ਦੇ ਵਿੱਚ ਉਦਾਸ ਹੋ ਜਾਂਦੇ ਆ, ਉਹ ਕਹਿੰਦੇ ਹੁੰਦੇ ਕਿ ਅੱਜ ਤੋਂ ਬਾਅਦ ਹੈ ਨਾ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਨਾ, ਨਿਤਨੇਮ ਨਹੀਂ ਕਰਨਾ, ਗੁਰਦੁਆਰੇ ਸਾਹਿਬ ਨਹੀਂ ਜਾਣਾ ਜਾਂ ਧਰਮ ਦਾ ਕੋਈ ਕਾਰਜ ਨਹੀਂ ਕਰਨਾ। ਕਿਉਂਕਿ ਇਹਦੇ ਨਾਲ ਹੈ ਨਾ ਸਾਡੇ ਜਿੰਨੇ ਵੀ ਕੰਮ ਹੈਗੇ ਆ ਉਹ ਸਬਰ ਦੇ ਨਹੀਂ ਹੈਗੇ, ਇਹ ਉਹਨਾਂ ਦੇ ਮਨ ਦੇ ਵਿੱਚ ਇੱਕ ਭਰਮ ਬਣ ਜਾਂਦਾ ਹੈਗਾ। ਸੋ ਆਓ ਇਹਦਾ ਜਿਹੜਾ ਹੈ ਨਾ ਕਾਰਨ ਕੀ ਹੋ ਸਕਦਾ, ਆਓ ਅੱਜ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਪੁੱਛਦੇ ਹਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਆ ਕਿ ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਸਭ ਤੋਂ ਉੱਤਮ ਹੈ, ਸਭ ਤੋਂ ਉੱਚਾ ਹੈ। ਕਿਉਂ? ਕਿਉਂਕਿ ਨਾਮ ਕੀ ਮਹਿਮਾ ਸੰਤ ਰਿਦ ਵਸੇ, ਕਿ ਨਾਮ ਦੀ ਉੱਚਤਾ ਦੀ ਮਹਿਮਾ ਸੰਤਾਂ ਦੇ ਹਿਰਦੇ ਦੇ ਵਿੱਚ ਵੱਸਦੀ ਹੈ। ਇਸੇ ਕਰਕੇ ਗੁਰਬਾਣੀ ਨੇ ਕਿਹਾ ਹੈ, ਕਬੀਰ ਸੁਪਨੇ ਹੂੰ ਬਰੜਾਏ ਕੈ ਜੈ ਮੁਖ ਨਿਕਸੇ ਰਾਮ। ਕਹਿੰਦੇ ਅਗਰ ਸੁਪਨੇ ਦੇ ਵਿੱਚ ਹੈ ਨਾ ਬੜਬੜਾ ਕੇ ਕਿਸੇ ਦੇ ਮੁਖ ਤੋਂ ਵਿੱਚੋਂ ਰਾਮ ਨਿਕਲ ਜਾਵੇ, ਤਾਂ ਇਹ ਸੁਪਨੇ ਵਿੱਚ ਬੜਬੜਾਇਆ ਰਾਮ ਦੀ ਮਹਿਮਾ ਭਗਤ ਕਬੀਰ ਜੀ ਦੱਸਦੇ ਕਹਿੰਦੇ ਕਿੰਨੀ ਆ, ਕਹਿੰਦੇ ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਕਹਿੰਦੇ ਮੇਰੇ ਤਨ ਦੀ ਖਲੜੀ ਲਾ ਕੇ ਜਿਸ ਪ੍ਰਾਣੀ ਨੇ ਬੜਬੜਾ ਕੇ ਸੁਪਨੇ ਦੇ ਵਿੱਚ ਰਾਮ ਕਿਹਾ, ਮੇਰੀ ਉਹਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਦੇ ਵਿੱਚ ਪਾ ਦਿਓ। ਭਾਵ ਕੀ ਹੈ ਕਿ ਨਾਮ ਜਿਹੜਾ ਹੈ ਨਾ ਇਹ ਅਮੋਲਕ ਹੈ, ਨਾਨਕ ਨਾਮ ਅਮੋਲ, ਕੀਮ ਨਾ ਕੋਈ ਜਾਣਦਾ, ਇਹਦੀ ਕੀਮਤ ਕੋਈ ਨਹੀਂ ਜਾਣਦਾ, ਕਿਉਂਕਿ ਇਹਦੀ ਕੀਮਤ ਹੈ ਹੀ ਨਹੀਂ ਹੈ। ਇਸ ਕਰਕੇ ਨਾਮ ਦਾ ਜਪਣਾ, ਗੁਰਬਾਣੀ ਦਾ ਪਾਠ ਕਰਨਾ ਜਾਂ ਗੁਰਦੁਆਰੇ ਸੇਵਾ ਕਰਨੀ, ਇਹਨੂੰ ਅਸੀਂ ਸਧਾਰਨ ਤੌਰ 'ਤੇ ਨਹੀਂ ਲੈਣਾ, ਇਹ ਬਹੁਤ ਵਡਮੁੱਲੀ ਦਾਤ ਹੈਗੀ ਆ ਜਿਹੜੀ ਵਾਹਿਗੁਰੂ ਨੇ ਕਿਸੇ ਕਾਰਨ ਕਰਕੇ ਗੁਰਸਿੱਖ ਨੂੰ ਬਖਸ਼ਿਸ਼ ਕੀਤੀ ਹੈ। ਇਹ ਵਾਹਿਗੁਰੂ ਜੀ ਦਾ ਤਰਸ ਹੈ, ਜਿਵੇਂ ਗੁਰਬਾਣੀ ਨੇ ਕਿਹਾ ਕਿ ਤੇਰਾ ਕੀਤਾ ਜਾਤੋਂ ਨਾਹੀਂ, ਉਸ ਵਾਹਿਗੁਰੂ ਨੇ ਸਾਡੇ ਲਈ ਕੀ ਕੀਤਾ ਕਹਿੰਦੇ ਅਜੇ ਤਾਂ ਮੈਂ ਜਾਣਦਾ ਹੀ ਨਹੀਂ, ਲੇਕਿਨ ਗੁਰਬਾਣੀ ਨਾਲ ਜੁੜਿਆ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਤਾਂ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਸਾਡੀ ਗਲਤ ਫਹਿਮੀ, ਸਾਡੇ ਗਲਤ ਵਿਚਾਰ ਜਿਹੜੇ ਹੈ ਇਹ ਸਾਨੂੰ ਵਾਹਿਗੁਰੂ ਤੋਂ ਕੋਹਾਂ ਦੂਰ ਲੈ ਜਾਂਦੇ ਆ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਕਿਸੇ ਕਾਰਜ ਦੀ ਸਿੱਧੀ ਦੇ ਵਾਸਤੇ ਵਾਹਿਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, ਪਰ ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨਾ ਖਾਸ ਕਰਕੇ ਰੁਕਾਵਟ ਬਣਦੀਆਂ। ਉਹ ਪਹਿਲੀ ਕੀ ਹੈ? ਪਹਿਲੀ ਚੀਜ਼ ਹੈ ਕਾਹਲੀ। ਕਿਉਂਕਿ ਅਸੀਂ ਹੈ ਨਾ ਗੁਰਬਾਣੀ ਦਾ ਪਾਠ ਕਰਕੇ ਸਾਡੇ ਅੰਦਰ ਕਾਲਾਪਨ ਬਹੁਤ ਛੇਤੀ ਆ ਜਾਂਦਾ ਕਿ ਸਾਨੂੰ ਇਸ ਦਾ ਹੈ ਨਾ ਯਕਦਮ ਫਲ ਮਿਲਣਾ ਚਾਹੀਦਾ ਹੈ, ਪਰ ਜਿਵੇਂ ਸਿਆਣਿਆਂ ਦਾ ਕਥਨਾ ਕਿ ਕਾਹਲੀ ਅੱਗੇ ਟੋਏ। ਇਸ ਕਰਕੇ ਗੁਰਸਿੱਖ ਦੇ ਅੰਦਰ ਹੈ ਨਾ ਭਾਵਨਾ ਹੋਣੀ ਚਾਹੀਦੀ ਹੈ ਕਿ ਅਗਰ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਕਿਸੇ ਕਾਰਜ ਦੀ ਸਿੱਧੀ ਦੇ ਵਾਸਤੇ ਵਾਹਿਗੁਰੂ ਜੀ ਦੇ ਨਾਲ ਆਪਣੇ ਨਾਤਾ ਜੋੜਦੇ ਹਾਂ, ਤਾਂ ਫਿਰ ਸਾਨੂੰ ਕਾਹਲੀ ਦੀ ਕੋਈ ਲੋੜ ਨਹੀਂ। ਕਿਉਂਕਿ ਵਾਹਿਗੁਰੂ ਜੀ ਅੰਤਰਜਾਮੀ ਆ, ਉਹਨਾਂ ਨੂੰ ਪਤਾ ਹੈ ਕਿ ਮੈਂ ਇਹ ਕੰਮ ਕਿਸ ਤਰੀਕੇ ਦੇ ਨਾਲ ਕਰਨਾ ਹੈ। ਸੋ ਵਾਹਿਗੁਰੂ ਜੀ ਜਿਹੜਾ ਵੀ ਕੰਮ ਆਪਣੇ ਗੁਰਸਿੱਖ ਦਾ ਸਵਾਰਦੇ ਆ, ਉਸ ਕੰਮ ਦੇ ਵਿੱਚ ਉਹਨੂੰ ਪੂਰੀ ਸਫਲਤਾ ਬਖਸ਼ਦੇ ਆ, ਅਤੇ ਉਹਦਾ ਜਿੰਨਾ ਵੀ ਸਮਾਂ ਜਿਹੜਾ ਹੈਗਾ, ਅਗਰ ਗੁਰਸਿੱਖ ਸਮਝਦਾ ਹੈਗਾ ਕਿ ਉਹ ਲੇਟ ਹੋ ਗਿਆ, ਉਹ ਸਾਰੀ ਲੇਟ ਜਿਹੜੀ ਹੈ ਨਾ ਉਹਦੀ ਉਹ ਵਾਹਿਗੁਰੂ ਜੀ ਉਹਦੇ ਵਿੱਚ ਪੂਰੀ ਕਰ ਦਿੰਦੇ ਆ। ਇਕੱਲੀ ਪੂਰੀ ਨਹੀਂ ਕਰਦੇ, ਉਹਨੂੰ ਐਸਾ ਮਾਲੋ ਮਾਲ ਕਰ ਦਿੰਦੇ ਆ ਕਿ ਜਦੋਂ
ਸਿਆਣੇ ਕਹਿੰਦੇ ਆ ਕਿ ਜਦੋਂ ਰੱਬ ਦਿੰਦਾ ਫਿਰ ਛੱਪੜ ਪਾੜ ਕੇ ਦਿੰਦਾ, ਪਰ ਗੱਲ ਨਿਸ਼ਚੇ ਅਤੇ ਵਿਸ਼ਵਾਸ ਦੀ ਹੈ। ਇਸ ਕਰਕੇ ਨਾ ਤਾਂ ਅਸੀਂ ਕਾਹਲੀ ਕਰਨੀ ਹੈ ਅਤੇ ਨਾ ਹੀ ਅਸੀਂ ਜਦੋਂ ਕੰਮ ਨਾ ਬਣਦਾ ਦੇਖ ਕੇ ਸੁਸਤੀ ਕਰਨੀ ਹੈ। ਇਹਨਾਂ ਦੋਨਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ, ਕਾਹਲੀ ਵੀ ਨਹੀਂ ਕਰਨੀ ਅਤੇ ਸੁਸਤੀ ਵੀ ਅਸੀਂ ਨਹੀਂ ਅਪਣਾਉਣੀ। ਅਸੀਂ ਦੇਖਦੇ ਹਾਂ ਕਿ ਕਈ ਵਾਰ ਬਹੁਤ ਸਾਰੇ ਜਿਹੜੇ ਵੱਡੇ ਤੋਂ ਵੱਡੇ ਨਾਸਤਕ ਹੈਗੇ ਆ, ਉਹਨਾਂ ਨੇ ਜਦੋਂ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਦਿੱਤੇ ਹੋਏ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਿਆ, ਅਤੇ ਉਹ ਜਿਹੜੇ ਵੱਡੇ ਵੱਡੇ ਨਾਸਤਕ ਸੀਗੇ ਹੈ ਨਾ, ਉਹਨਾਂ ਨੂੰ ਵੀ ਵਾਹਿਗੁਰੂ ਦੀ ਸਰਬ ਸ਼ਕਤੀਮਾਨ ਜਿਹੜੀ ਸ਼ਕਤੀ ਹੈਗੀ ਆ, ਉਸ ਸ਼ਕਤੀ 'ਤੇ ਪੂਰਾ ਯਕੀਨ ਆ ਗਿਆ। ਔਰ ਯਕੀਨ ਹੀ ਨਹੀਂ, ਉਹ ਵਾਹਿਗੁਰੂ ਜੀ ਤੋਂ ਸਦਕੇ ਹੋ ਗਿਆ, ਉਤੋਂ ਕੁਰਬਾਨ ਹੋ ਗਿਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਗਰ ਵੱਡੇ ਵੱਡੇ ਜਿਹੜੇ ਨਾਸਤਕ ਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਦੀ ਮੱਥਾ ਨਹੀਂ ਟੇਕਿਆ, ਕਦੀ ਦਰਸ਼ਨ ਨਹੀਂ ਕੀਤੇ, ਕਦੀ ਸਾਧੂ ਦੀ ਸੰਗਤ ਨਹੀਂ ਕੀਤੀ, ਅਗਰ ਵਾਹਿਗੁਰੂ ਉਹਨਾਂ ਦੇ ਕਾਰਜਾਂ ਦੇ ਵਿੱਚ ਜਦੋਂ ਉਹ ਇਸ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਨਾਲ ਲੈ ਕੇ ਆ ਜਾਂਦੇ ਆ ਅਤੇ ਉਹਨਾਂ ਦੇ ਕਾਰਜ ਸਵਾਰ ਦਿੰਦਾ ਹੈ, ਉਹ ਕਾਰਜ ਸਵਾਰਨ ਲੱਗਿਆਂ ਵੀ ਉਹ ਫਿਰ ਡੇਰ ਨਹੀਂ ਹਿਲਾਉਂਦਾ, ਆਪ ਵਾਹਿਗੁਰੂ ਪ੍ਰਤੱਖ ਹੋ ਕੇ ਉਹਨਾਂ ਦੇ ਕਾਰਜ ਸਵਾਰਦਾ ਹੈ। ਅਗਰ ਉਹਨਾਂ ਦੇ ਕਾਰਜ ਸਵਾਰਦਾ, ਜਿਵੇਂ ਬਾਣੀ ਕਹਿੰਦੀ ਕਿ ਉਹ ਕਿਰਤ ਘੜਾਂ ਨੂੰ ਵੀ ਪਾਲਦਾ ਹੈ, ਅਤੇ ਫਿਰ ਭਾਈ ਜਿਹੜੇ ਗੁਰਸਿੱਖ ਆਪਣੇ ਬਚਪਨ ਤੋਂ ਜਾਂ ਆਪਣੇ ਜਿਹੜੀ ਪੀੜ੍ਹੀ ਦਰ ਪੀੜ੍ਹੀ ਵਾਹਿਗੁਰੂ ਦੇ ਨਾਲ ਜੁੜੇ ਆ, ਉਹਨਾਂ ਦੇ ਕਾਰਜ ਕਿਉਂ ਨਹੀਂ ਸਵਾਰੇਗਾ? ਉਹਨਾਂ ਦੇ ਬੱਚਿਆਂ ਦੇ ਕਾਰਜ ਕਿਉਂ ਨਹੀਂ ਸਵਾਰ, ਉਹਨਾਂ ਦੇ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਲਾਏਗਾ? ਉਹਨਾਂ ਦੀਆਂ ਆਸਾਂ ਉਮੀਦਾਂ ਦੇ ਨੂੰ ਵਾਹਿਗੁਰੂ ਕਿਉਂ ਨਹੀਂ ਜਗਤ ਦੇ ਵਿੱਚ ਪੂਰਾ ਕਰੇਗਾ? ਭਾਵ ਕੀ ਆ, ਵਾਹਿਗੁਰੂ ਸਭ ਕੁਛ ਕਰਦਾ ਹੈ ਅਤੇ ਸਭ ਕੁਛ ਕਰ ਰਿਹਾ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਤਿੱਥੇ ਤੂੰ ਸਮਰੱਥ ਹੈ ਜਿੱਥੇ ਕੋਈ ਨਾ ਹੈ, ਜਿੱਥੇ ਕੋਈ ਨਹੀਂ ਹੈ ਨਾ ਉੱਥੇ ਪਰਮੇਸ਼ਰ ਸਮਰੱਥ ਹੈ। ਸੋ ਇਸੇ ਤਰ੍ਹਾਂ ਦੀ ਇੱਕ ਘਟਨਾ, ਜੋ ਨਾਸਤਕ ਜਿਹੜਾ ਆਦਮੀ ਸੀਗਾ, ਜਿਸ ਨੇ ਆਪਣਾ ਸਮਾਂ ਪਾ ਕੇ ਵਾਹਿਗੁਰੂ ਜੀ ਦੇ ਨਿਯਮ ਕਾਨੂੰਨਾਂ ਨੂੰ ਪਾਲਿਆ ਅਤੇ ਆਪਣੇ ਧੀਰਜ ਤੋਂ ਕੰਮ ਲਿਆ ਹੈਗਾ, ਵਾਹਿਗੁਰੂ ਜੀ ਨੇ ਕਿਵੇਂ ਉਹਦੇ ਜੋ ਮਨ ਦੀ ਜਿਹੜੀ ਇੱਛਾ ਸੀਗੀ ਉਹਨੂੰ ਪੂਰਾ ਇਸ ਸੰਸਾਰ ਦੇ ਵਿੱਚ ਕਰਕੇ ਦਿਖਾਇਆ ਹੈ। ਸੋ ਇਸ ਘਟਨਾ ਦਾ ਜਿਹੜਾ ਜ਼ਿਕਰ ਹੈ, ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰ ਰਿਹਾ ਹੈ। ਇਹ ਘਟਨਾ ਕੋਈ ਹੈ ਨਾ 1952 ਸਨ ਦੀ ਹੈ। ਇਸ 1952 ਸਨ ਦੇ ਵਿੱਚ ਸਰਦਾਰ ਹਰਭਜਨ ਸਿੰਘ ਜੀ ਸੋਢੀ ਜਿਹੜੇ ਉਹ ਦੱਸਦੇ ਸੀ ਕਿ ਉਹਨਾਂ ਦੇ ਇੱਕ ਮਿੱਤਰ ਜਿਹੜੇ ਸੀ ਹੈ ਨਾ, ਉਹ ਕਿਸੇ ਕਸਟਮ ਵਿਭਾਗ ਦੇ ਵਿੱਚ ਜਿਹੜੇ ਹੈ ਨਾ ਕਸਟਮ ਅਫਸਰ ਲੱਗੇ ਸੀਗੇ, ਅਤੇ ਉਹ ਦਿੱਲੀ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਸੀਗੇ। ਸਮਾਂ ਪਾ ਕੇ ਹੈ ਨਾ ਕਹਿੰਦੇ ਉਹਨਾਂ ਦੀ ਬਦਲੀ ਦਿੱਲੀ ਤੋਂ ਅੰਮ੍ਰਿਤਸਰ ਦੀ ਹੋਈ ਆ। ਫਿਰ ਕਹਿੰਦੇ ਇੱਕ ਦਿਨ ਕਹਿੰਦੇ ਉਹ ਮੈਨੂੰ ਅੰਮ੍ਰਿਤਸਰ ਬਾਜ਼ਾਰ ਸ਼ਹਿਰ ਦੇ ਵਿੱਚ ਮਿਲੇ ਆ, ਅਤੇ ਕਹਿੰਦੇ ਉਸ ਨਿੱਘੀ ਮਿਲਣੀ ਤੋਂ ਬਾਅਦ ਕਹਿੰਦੇ ਮੈਂ ਉਹਨਾਂ ਨੂੰ ਸੁਭਾਵਿਕ ਹੀ ਆਖਿਆ ਕਿ ਤੁਸੀਂ ਅੰਮ੍ਰਿਤਸਰ ਆ ਗਏ ਆ, ਵਾਹਿਗੁਰੂ ਦਾ ਸ਼ੁਕਰ ਆ, ਅਤੇ ਕੀ ਤੁਸੀਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਆ? ਤਾਂ ਕਹਿੰਦੇ ਉਹ ਸੱਜਣ ਕਹਿਣ ਲੱਗੇ, ਕਹਿੰਦੇ ਭਾਈ ਮੈਨੂੰ ਦਰਸ਼ਨਾਂ ਦੀ ਕੀ ਲੋੜ ਹੈ, ਦਰਸ਼ਨ ਤਾਂ ਉਹ ਬੰਦੇ ਕਰਨ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਵੱਢੀ ਲੈਣੀ ਹੈ, ਜਾਂ ਝੂਠ ਬੋਲਣਾ ਹੈ, ਜਾਂ ਧੋਖੇ ਕਰਨੇ ਆ, ਜਾਂ ਘੱਟ ਤੋਲਣਾ ਹੈਗਾ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸੱਜਣ ਨੇ ਕਹਿੰਦੇ ਕਸਟਮਰ ਅਧਿਕਾਰੀ ਨੇ ਕਹਿੰਦੇ ਮੇਰੇ ਨਾਲ ਗੱਲਾਂ ਕੀਤੀਆਂ, ਪਰ ਕਹਿੰਦੇ ਉਹੀ ਲੋਕ ਜਿਹੜੇ ਹੈ ਨਾ ਉਹ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ, ਮੈਨੂੰ ਮੱਥਾ ਟੇਕਣ ਦੀ ਕੋਈ ਲੋੜ ਨਹੀਂ, ਕਿਉਂ? ਕਿਉਂਕਿ ਮੇਰਾ ਮਨ ਸਾਫ ਹੈ, ਮੈਂ ਜ਼ਿੰਦਗੀ 'ਚ ਕਦੀ ਕਿਸੇ ਨਾਲ ਕੋਈ ਧੋਖਾ ਨਹੀਂ ਕਰਦਾ, ਕਦੀ ਹੇਰਾ ਫੇਰੀ ਨਹੀਂ ਕਰਦਾ, ਕਦੀ ਕਿਸੇ ਦੇ ਨਾਲ ਠੱਗੀ ਨਹੀਂ ਕਰਦਾ। ਕਹਿੰਦੇ ਜਦੋਂ ਉਹਨੇ ਇਹ ਗੱਲਾਂ ਕੀਤੀਆਂ ਤਾਂ ਕਹਿੰਦੇ ਮੈਂ ਫਿਰ ਉਹਨਾਂ ਨੂੰ ਇਹ ਆਖਿਆ ਕਿ ਇਹੋ ਜਿਹਾ ਜਿਹੜਾ ਹੈ ਨਾ ਆਪਣੇ ਆਪ ਨੂੰ ਸੁਚੇਤ ਸਮਝਣਾ ਹੈਗਾ, ਇਹ ਹੀ ਸਾਡੀ ਬਦਕਿਸਮਤੀ ਹੈਗੀ ਆ। ਸੋ ਕਹਿਣ ਤੋਂ ਭਾਵ ਹੈ ਕਿ ਉਹ ਸੱਜਣ ਜਿਹੜੇ ਹੈ ਨਾ ਸਮਝਦੇ ਹੋਏਗੀ ਆਪਣੇ ਨਾਸਤਕ ਖਿਆਲਾਂ ਦੇ ਨਾਲ ਆਪਣਾ ਘਰ ਜਿਹੜਾ ਸੀਗਾ ਉਸਨੂੰ ਉਹਨਾਂ ਨੇ ਭਰਿਆ ਹੋਇਆ ਸੀ। ਕਹਿੰਦੇ ਗੱਲ ਕੀ ਆ ਕਿ ਉਹ ਮੇਰੇ ਮਿੱਤਰ ਸੀਗੇ, ਇਸ ਕਰਕੇ ਮੈਂ ਕਿਤੇ ਕਿਤੇ ਉਹਨਾਂ ਦੇ ਘਰ ਵੀ ਜਾਂਦਾ ਸੀਗਾ। ਘਰ ਜਾ ਕੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠ ਕੇ ਗੁਰਮਤਿ ਦੀਆਂ ਜਿਹੜੀਆਂ ਸੀ ਵਿਚਾਰਾਂ ਰੱਖਦਾ ਹੁੰਦਾ ਸੀ, ਅਤੇ ਉਹਨਾਂ ਦੀ ਘਰਵਾਲੀ ਅਤੇ ਉਹ ਆਪ ਅਤੇ ਉਹਨਾਂ ਦੀ ਸਾਲੀ ਜਾਂ ਬਾਕੀ ਸਾਰਾ ਪਰਿਵਾਰ ਬੈਠ ਕੇ ਸਾਡੀਆਂ ਜਿਹੜੀਆਂ ਇਹ ਸਤਸੰਗ ਦੀਆਂ ਵਿਚਾਰਾਂ ਨੂੰ ਸੁਣਦੇ ਹੁੰਦੇ ਸੀ, ਪਰ ਸੁਣਨ ਤੋਂ ਬਾਅਦ ਉਹ ਅਖੀਰ ਇਹ ਗੱਲ ਕਹਿੰਦੇ ਸੀਗੇ ਕਿ ਗੱਲਾਂ ਤਾਂ ਤੁਹਾਡੀਆਂ ਬਹੁਤ ਸੋਹਣੀਆਂ, ਬੜੀਆਂ ਸੋਲਿਡ ਆ, ਠੋਸ ਆ, ਬੜੀਆਂ ਨਿੱਘੀਆਂ ਹੈਗੀਆਂ, ਪਰ ਗੱਲਾਂ ਦੇ ਵਿੱਚ ਨਾ ਤੁਸੀਂ ਕਹਿੰਦੇ ਰੱਬ ਨੂੰ ਵਿੱਚ ਜ਼ਰੂਰ ਘਸੋੜ ਦਿੰਦੇ ਆ,
ਅਤੇ ਕਹਿੰਦੇ ਜਿਹੜਾ ਤੁਸੀਂ ਵਿੱਚ ਰੱਬ ਨੂੰ ਘਸੋੜ ਦਿੰਦੇ ਹੋ ਨਾ, ਅਤੇ ਰੱਬ ਨੂੰ ਘਸੋਣ ਦੇ ਨਾਲ ਕਹਿੰਦੇ ਸਾਡਾ ਤਨ ਅਤੇ ਮਨ ਜਿਹੜਾ ਫਿੱਕਾ ਹੋ ਜਾਂਦਾ। ਭਾਵ ਕਿ ਉਹ ਐਸਾ ਨਾਸਤਿਕ ਪਰਿਵਾਰ ਸੀਗਾ ਜਿਹੜਾ ਰੱਬ ਦੀ ਜਿਹੜੀ ਹੋਂਦ ਤੋਂ ਬਿਲਕੁਲ ਨਾ ਕਰਦਾ ਸੀਗਾ। ਕਹਿੰਦੇ ਖੈਰ ਮੈਂ ਕਹਿੰਦੇ ਫਿਰ ਚੁੱਪ ਕਰ ਜਾਂਦਾ। ਕਹਿੰਦੇ ਜਦੋਂ ਉਹ ਸੱਜਣ ਜਿਹੜੇ ਸੀਗੇ, ਜਦੋਂ ਉਹਨਾਂ ਨੇ ਕਸਟਮ ਅਧਿਕਾਰੀ ਦੀ ਡਿਊਟੀ ਅੰਮ੍ਰਿਤਸਰ ਲੈ ਲਈ, ਅਤੇ ਜਿਹੜੇ ਸੱਜਣ ਉਹਨਾਂ ਦੀ ਜਗ੍ਹਾ ਆਏ ਸੀਗੇ ਉਹ ਬਦਲੀ ਕਰਕੇ ਦਿੱਲੀ ਚਲੇ ਗਏ। ਪਰ ਕਹਿੰਦੇ ਜਿਹੜੇ ਸੱਜਣਾਂ ਦੇ ਉਹਦੇ ਉੱਤੇ ਮੇਰੇ ਮਿੱਤਰ ਆਏ ਸੀਗੇ, ਉਹ ਸੱਜਣ ਜਿਹੜੇ ਸੀਗੇ ਉਹ ਵੱਡੀ ਵੀ ਲੈਂਦੇ ਸੀਗੇ ਅਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮ ਆਪਣੇ ਦਫ਼ਤਰ ਦੇ ਵਿੱਚ ਕਰਦੇ ਹੁੰਦੇ ਸੀਗੇ। ਸੋ ਇਹ ਜਿਹੜੇ ਮੇਰੇ ਮਿੱਤਰ ਦਿੱਲੀ ਤੋਂ ਜਿਹੜੇ ਬਦਲ ਕੇ ਅੰਮ੍ਰਿਤਸਰ ਆਏ ਸੀ, ਇਹਨਾਂ ਨੂੰ ਜਦ ਪਤਾ ਲੱਗਾ ਤਾਂ ਇਹਨਾਂ ਨੇ ਆਪਣੇ ਆਪ ਦੀ ਜਿਹੜੀ ਸ਼ਾਖਾ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਕਹਿੰਦੇ ਉਸ ਸੱਜਣ ਦੇ ਖਿਲਾਫ਼ ਜਿਹਦੀ ਬਦਲੀ ਦਿੱਲੀ ਹੋ ਗਈ ਸੀ ਇੱਕ ਐਸਾ ਕੇਸ ਤਿਆਰ ਕੀਤਾ ਕਿ ਇਹ ਬੰਦਾ ਜਿਹੜਾ ਹੈ ਨਾ ਇਹ ਗੈਰ ਕਾਨੂੰਨੀ ਅਹੁਦੇ ਦੀ ਅਯੋਗ ਵਰਤੋਂ ਕਰਦਾ ਆ ਰਿਹਾ ਹੈਗਾ। ਅਤੇ ਇਸ ਤਰ੍ਹਾਂ ਦੀਆਂ ਕਹਿੰਦੇ ਉਹਨੇ ਹੋਰ ਵੀ ਜਿਹੜੀਆਂ ਸੀ ਕਈ ਗਵਾਹੀਆਂ ਇਕੱਠੀਆਂ ਕਰਕੇ ਇੱਕ ਬੜਾ ਠੋਸ ਜਿਹੜਾ ਸੀ ਕੇਸ ਤਿਆਰ ਕਰਕੇ ਦਿੱਲੀ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ। ਜਦੋਂ ਕਹਿੰਦੇ ਦਿੱਲੀ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਅਤੇ ਜਿਹੜਾ ਸੱਜਣ ਇੱਥੋਂ ਬਦਲੀ ਕਰਾ ਕੇ ਗਿਆ ਸੀ ਜਿਹਦੇ ਵਿਰੁੱਧ ਕੇਸ ਸੀਗਾ ਉਹ ਆਪ ਉਹਦੀ ਬਦਲੀ ਜਿਹੜੀ ਦਿੱਲੀ ਹੋਈ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਇੱਕ ਕੇਸ ਜਿਹੜਾ ਮੇਰੇ ਵਿਰੁੱਧ ਜਿਹੜਾ ਬਦਲੀ ਕਰਨ ਵਾਲਾ ਸੱਜਣ ਉਹਨੇ ਹੀ ਭੇਜ ਦਿੱਤਾ ਹੈਗਾ, ਤਾਂ ਦਿੱਲੀ ਵਾਲੇ ਸੱਜਣ ਨੇ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਕੇਸ ਨੂੰ ਜਿਹੜਾ ਹੈ ਨਾ ਖੁਰਦ ਬੁਰਦ ਕਰ ਜਿਹੜਾ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ। ਖੈਰ ਕਹਿੰਦੇ ਜਦੋਂ ਖੁਰਦ ਬੁਰਦ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ, ਇੱਧਰੋਂ ਇਹ ਮੇਰਾ ਜਿਹੜਾ ਦੋਸਤ ਅੰਮ੍ਰਿਤਸਰ ਵਾਲਾ ਸੀਗਾ ਇਹਨੇ ਵੀ ਕਹਿੰਦੇ ਹੋਰ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਜਦ ਕਹਿੰਦੇ ਉਹ ਕੇਸ ਦੇ ਦੁਆਲੇ ਹੋ ਗਿਆ, ਪਰ ਇੱਧਰ ਜਿਹੜੀ ਕਸਟਮ ਅਧਿਕਾਰੀਆਂ ਦਾ ਦਫ਼ਤਰ ਦਾ ਜੋ ਕੰਮਕਾਰ ਸੀ ਹੈ ਨਾ ਉਹਦੇ ਵਿੱਚ ਇਹਦੀ ਜ਼ਿਆਦਾ ਢਿੱਲ ਮੱਠ ਸ਼ੁਰੂ ਹੋ ਗਈ, ਜਿਸ ਕਰਕੇ ਦਫ਼ਤਰ ਦਾ ਜਿੰਨਾ ਕੰਮ ਸੀਗਾ ਉਹ ਲੇਟ ਹੋਣਾ ਸ਼ੁਰੂ ਹੋ ਗਿਆ, ਜਿਸ ਕਰਕੇ ਦਫ਼ਤਰ ਦੇ ਜਿਹੜੇ ਹੋਰ ਕਰਮਚਾਰੀ ਸੀਗੇ ਜਾਂ ਹੋਰ ਉੱਚੇ ਵਾਲੇ ਅਹੁਦੇ ਦੇ ਅਫਸਰ ਸੀਗੇ ਇਹਦੇ ਨਾਲ ਨਾਰਾਜ਼ ਹੋ ਗਏ। ਕਹਿੰਦੇ ਜਦ ਨਾਰਾਜ਼ ਹੋ ਗਏ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣੀ। ਕਹਿੰਦੇ ਕਰਦੇ ਕਰਦੇ ਕੀ ਗੱਲ ਹੋਈ ਕਿ ਇਹਨੂੰ ਜਿਹੜੇ ਅਧਿਕਾਰੀ ਨਾਰਾਜ਼ ਹੋ ਗਏ, ਇਹਨੀ ਇਹ ਤੋਂ ਨਾਰਾਜ਼ ਹੋ ਕੇ ਹੈ ਨਾ ਇਹਦਾ ਉਹਦਾ ਛੋਟਾ ਕਰਕੇ ਅੰਮ੍ਰਿਤਸਰੋਂ ਫਿਰ ਇਹਦੀ ਬਦਲੀ ਜਿਹੜੀ ਸੀ ਹੈ ਨਾ ਉਹ ਦਿੱਲੀ ਦੀ ਕਰ ਦਿੱਤੀ। ਜਦੋਂ ਕਹਿੰਦੇ ਅੰਮ੍ਰਿਤਸਰ ਬਦਲੀ ਦਿੱਲੀ ਦੀ ਕੀਤੀ, ਉਸ ਦਿਨ ਸਰਦਾਰ ਹਰਭਜਨ ਸਿੰਘ ਜੀ ਸੋਢੀ ਕਹਿਣ ਲੱਗੇ ਕਿ ਮੈਂ ਇਹਨਾਂ ਦੇ ਘਰ ਬੈਠਾ ਸੀ। ਜਦ ਬੈਠਾ ਸੀ ਤਾਂ ਇਹ ਸੱਜਣ ਕਹਿਣ ਲੱਗੇ ਕਿ ਮੈਂ ਆਪਣੇ ਜਿੱਥੋਂ ਕੋਸ਼ਿਸ਼ ਕੀਤੀ ਸੀ ਕਿ ਇਨਸਾਫ਼ ਦਿਵਾਉਣ ਦੀ, ਪਰ ਦੇਖੋ ਮੇਰੀ ਜਿਹੜੀ ਬਦਲੀ ਆ ਦਿੱਲੀ ਕਰ ਦਿੱਤੀ ਆ ਵੱਡੇ ਅਧਿਕਾਰੀਆਂ ਨੇ, ਤਾਂ ਮੇਰਾ ਉਹਦਾ ਵੀ ਛੋਟਾ ਕਰ ਦਿੱਤਾ ਹੈਗਾ, ਪਰ ਮੈਂ ਵੀ ਹੈ ਨਾ ਹੁਣ ਚੁੱਪ ਕਰਕੇ ਨਹੀਂ ਬੈਠੂੰਗਾ, ਮੈਂ ਵੀ ਪੂਰਾ ਯਤਨ ਲਾਊਂਗਾ ਅਤੇ ਇਸ ਕੰਮ ਦੇ ਵਿੱਚ ਹੈ ਨਾ ਸਫਲਤਾ ਪ੍ਰਾਪਤ ਕਰੂੰਗਾ। ਜਦੋਂ ਕਹਿੰਦੇ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤਾਂ ਸਰਦਾਰ ਹਰਭਜਨ ਸਿੰਘ ਜੀ ਸੋਢੀ ਕਹਿਣ ਲੱਗੇ, ਕਹਿੰਦੇ ਮੈਂ ਉਹਨੂੰ ਕਿਹਾ ਵੀ ਗੱਲ ਇੱਕ ਹੈਗੀ ਆ, ਇਸ ਦੁਨੀਆਂ ਦੇ ਵਿੱਚ ਚੰਗੇ ਮੰਦੇ ਨਾਂ ਦੇ ਜਿਹੜੇ ਇਨਸਾਨ ਵਾ ਉਹ ਤਾਂ ਦੋ ਪੱਖ ਦੇ ਹੀ ਹੁੰਦੇ ਆ, ਪਰ ਗੱਲ ਇੰਨੀ ਹੈਗੀ ਆ ਕਿ ਕਿਸੇ ਦੇ ਅੱਗੇ ਜਿਹੜੇ ਹੈ ਨਾ ਰੁਜ਼ਗਾਰ ਦੇ ਵਿੱਚ ਕਿਸੇ ਦੇ ਵਿਰੁੱਧ ਆਪਾਂ ਅਗਰ ਟੂਆ ਪੱਟਦੇ ਹੀ ਹੈ ਅਤੇ ਕਈ ਵਾਰੀ ਇਨਸਾਨ ਜਿਹੜਾ ਹੈ ਨਾ ਉਸੇ ਟੂਏ ਦੇ ਵਿੱਚ ਡਿੱਗ ਪੈਂਦਾ ਹੈਗਾ। ਪਰ ਕਹਿੰਦੇ ਇਹਨੇ ਸੱਜਣਾਂ ਦੇ ਕੋਈ ਪਰਵਾਹ ਨਹੀਂ ਕੀਤੀ ਅਤੇ ਇਹਨੇ ਕਿਹਾ ਕਿ ਮੈਂ ਛੋਟੇ ਅਹੁਦੇ ਅਤੇ ਉਦੋਂ ਹੀ ਕੰਮ ਕਰੂੰਗਾ ਜਦੋਂ ਜਿਹੜਾ ਪਹਿਲਾ ਅਧਿਕਾਰੀ ਆ ਜਿਹਦੇ ਵਿਰੁੱਧ ਮੈਂ ਕੇਸ ਲਾਇਆ ਉਹਨੂੰ ਸਜ਼ਾ ਦਵਾ ਕੇ ਰਹੂੰਗਾ। ਇਹ ਸੋਚ ਕੇ ਕਹਿੰਦੇ ਇਹਨਾਂ ਨੇ ਹੈ ਨਾ 2 ਮਹੀਨੇ ਦੀ ਛੁੱਟੀ ਲੈ ਲਈ। 2 ਮਹੀਨੇ ਦੀ ਛੁੱਟੀ ਲੈ ਕੇ ਕਹਿੰਦੇ ਦਿੱਲੀ ਚਲੇ ਗਏ। ਦਿੱਲੀ ਜਾ ਕੇ ਪਹਿਲੇ ਜਿੰਨੇ ਵੀ ਉੱਚ ਅਧਿਕਾਰੀ ਸੀਗੇ ਉਹਨਾਂ ਨੂੰ ਮਿਲੇ ਆ। ਕਹਿੰਦੇ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਕਹਿੰਦੇ ਇਹਨਾਂ ਨੇ ਕੀ ਕੀਤਾ ਕਿ ਜਦ ਦੇਖਿਆ ਕਿ ਦਿੱਲੀ ਦੇ ਜਿੰਨੇ ਵੀ ਉੱਚ ਅਧਿਕਾਰੀ ਸੀਗੇ ਉਹ ਇਹਦੀ ਗੱਲ ਦੇ ਨਾਲ ਸਹਿਮਤ ਨਹੀਂ ਹੋਏ, ਅਤੇ ਇਹਨੂੰ ਕਹਿਣ ਲੱਗੇ ਕਿ ਤੂੰ ਆਪ ਹੀ ਜਿਹੜਾ ਹੈ ਨਾ ਆਪਣਾ ਜੋ ਵੀ ਕਸਟਮ ਅਧਿਕਾਰੀਆਂ ਦਾ ਕੰਮ ਹੈਗਾ ਉਹਨੂੰ ਪੂਰਾ ਨਹੀਂ ਕਰ ਰਿਹਾ, ਤੂੰ ਸਮਾਂ ਕਿ ਉਲਟ ਜਿਹੜਾ ਹੈ ਨਾ ਮੁਲਾਜ਼ਮਾਂ ਦੇ ਉੱਤੇ ਕੇਸ ਕਰ ਕਰਕੇ ਆਪਣਾ ਵੀ ਟਾਈਮ ਖਰਾਬ ਕਰਦਾ ਅਤੇ ਨਾਲ ਸਰਕਾਰ ਦਾ ਟਾਈਮ ਵੀ ਖਰਾਬ ਕਰਦਾ ਹੈਗਾ, ਇਸ ਕਰਕੇ ਅਸੀਂ ਤੇਰੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੈ। ਸੋ ਇਹਨਾਂ ਸੱਜਣਾਂ ਨੇ ਫਿਰ ਜਾ ਕੇ ਦੇਖਿਆ ਕਿ ਇਸ ਤਰ੍ਹਾਂ ਦਾ ਗੱਲ ਨਹੀਂ ਬਣਨੀ, ਇਹ ਫਿਰ ਦਿੱਲੀ ਦੇ ਇੱਕ ਮੰਤਰੀ ਨੂੰ ਮਿਲੇ। ਉਸ ਮੰਤਰੀ ਨੂੰ ਜਿਹੜਾ ਹੈ ਨਾ ਇਹਨੀ ਸਾਰਾ ਜਿਹੜਾ ਕਸਟਮਰ ਅਧਿਕਾਰੀ ਦੇ ਵਿਰੁੱਧ ਕੇਸ ਲਾਇਆ ਸੀਗਾ ਉਹਦੇ ਪ੍ਰਤੀ ਗੱਲਬਾਤ ਕੀਤੀ, ਪਰ ਜਦੋਂ ਉਸ ਮੰਤਰੀ ਨੇ ਵੀ ਜਿਹੜੇ ਉਹ ਦੂਸਰੇ ਕਸਟਮ ਅਧਿਕਾਰੀ ਸੀ ਉਹਨਾਂ ਦੇ ਨਾਲ ਇਹ ਸਾਰੀ ਕੇਸ ਦੀ ਪੜਤਾਲ ਕਰਨੀ ਚਾਹੇ ਤਾਂ ਉਹਨਾਂ ਨੇ ਉਲਟਾ ਕਹਿ ਦਿੱਤਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਆਪਣਾ ਦਫ਼ਤਰ ਦਾ ਕੰਮ ਤਾਂ ਕਰਦਾ ਨਹੀਂ, ਉਲਟਾ ਜਿਹੜਾ ਹੈ ਨਾ ਦੂਸਰੇ ਅਧਿਕਾਰੀਆਂ 'ਤੇ ਕੇਸ ਕਰ ਕਰਕੇ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹ ਆਪ ਵੀ ਖਰਾਬ ਕਰ ਰਿਹਾ ਅਤੇ ਦੂਜਿਆਂ ਨੂੰ ਵੀ ਕੰਮ ਕਰਨ ਨਹੀਂ ਦਿੰਦਾ। ਖੈਰ ਕਹਿੰਦੇ ਇਹਨੇ ਦੇਖਿਆ ਕਿ ਮੇਰੀ ਦਾਲ ਤਾਂ ਕਿਸੇ ਟਾਈਮ
ਜਾਂ ਕਿਸੇ ਤਰ੍ਹਾਂ ਨਹੀਂ ਗਲਦੀ ਹੈਗੀ। ਸੋ ਇਹ ਸੱਜਣ ਨੇ ਹੈ ਨਾ ਉਸ ਟਾਈਮ ਦੇ ਜਿਹੜੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀਗੇ, ਉਹਨਾਂ ਨੂੰ ਮਿਲਣ ਦਾ ਫਿਰ ਇਹਨੀ ਮਨ 'ਚ ਵਿਚਾਰ ਬਣਾ ਲਿਆ ਅਤੇ ਇੱਕ ਦਿਨ ਫਿਰ ਇਹ ਮੌਕਾ ਪਾ ਕੇ ਹੈ ਨਾ ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਰਹਾਇਸ਼ੀ ਸਥਾਨ ਸੀਗਾ ਉਸ ਸਥਾਨ ਦੇ ਅੱਗੇ ਬੈਠ ਗਏ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਆਪਣੀ ਕਾਰ ਦੇ ਵਿੱਚ ਬੈਠ ਕੇ ਆਪਣੇ ਦਫ਼ਤਰ ਨੂੰ ਜਾਣ ਲੱਗੇ, ਦੌੜ ਕੇ ਜਾ ਕੇ ਕਾਰ ਦੇ ਮੂਹਰੇ ਲੰਮਾ ਪੈ ਗਿਆ। ਜਦ ਲੰਮਾ ਪੈ ਗਿਆ ਤਾਂ ਡਰਾਈਵਰ ਨੇ ਕਾਰ ਰੋਕ ਦਿੱਤੀ। ਜਦ ਕਾਰ ਰੋਕ ਦਿੱਤੀ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੁੱਛਿਆ ਕਿ ਕੀ ਗੱਲ ਹੈ। ਉਹ ਕਹਿਣ ਲੱਗੇ ਜੀ ਆ ਕੋਈ ਬੰਦਾ ਸਰਦਾਰ ਹੈ ਸਾਡੀ ਗੱਡੀ ਦੇ ਮੂਹਰੇ ਜਾ ਕੇ ਲੰਮਾ ਪੈ ਗਿਆ। ਜਦ ਇੰਨੀ ਗੱਲ ਹੋਈ ਹੈ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਕਹਿਣ ਲੱਗਾ, ਕਹਿੰਦੇ ਲੱਗਦਾ ਮੈਨੂੰ ਕੋਈ ਇਹ ਪਾਗਲ ਹੈ, ਇਹਨੂੰ ਚੱਕ ਕੇ ਤੁਸੀਂ ਪਾਗਲਖਾਨੇ ਭੇਜ ਦਿਓ ਅਤੇ ਗੱਡੀ ਨੂੰ ਅੱਗੇ ਕਰੋ। ਕਹਿੰਦੇ ਇੰਨੀ ਗੱਲ ਕਹਿਣ ਦੀ ਡੇਰ ਸੀ, ਜਿੰਨੇ ਵੀ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਉਹਨੂੰ ਫੜ ਕੇ ਜਿਹੜੇ ਸੀ ਉਹ ਪਾਗਲਖਾਨੇ ਵੱਲੋਂ ਖਿੱਚਣਾ ਸ਼ੁਰੂ ਕਰ ਦਿੱਤਾ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਸੀਗੇ ਉਹ ਆਪਣੇ ਦਫ਼ਤਰ ਨੂੰ ਚਲੇ ਗਏ। ਭਾਵ ਕੀ ਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਉਹਦੀ ਕੋਈ ਗੱਲ ਜਿਹੜੀ ਨਹੀਂ ਸੀ ਸੁਣੀ, ਸਗਾ ਉਲਟਾ ਉਹਨੂੰ ਹੈ ਨਾ ਪਾਗਲਖਾਨੇ ਆਪਣੇ ਅੰਗ ਰੱਖਿਆ ਨੂੰ ਕਹਿ ਦਿੱਤਾ ਕਿ ਇਹਨੂੰ ਭੇਜ ਦਿਓ। ਪਰ ਉਹ ਸੱਜਣ ਜਿਹੜੇ ਸੀਗੇ ਉਹ ਕਹਿਣ ਲੱਗੇ ਕਿ ਮੈਂ ਇਹਦੇ ਨਾਲ ਗੱਲ ਕਰਨੀ ਸੀ, ਪਰ ਜਿਹੜੇ ਥਾਣੇਦਾਰ ਸੀ ਉਹ ਮੰਨਣ ਨਾ। ਉਹਨੇ ਕਹਿ ਦਿੱਤਾ ਕਿ ਸਾਨੂੰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਤੈਨੂੰ ਪਾਗਲਖਾਨੇ ਭੇਜਣਾ, ਇਸ ਕਰਕੇ ਅਸੀਂ ਤੈਨੂੰ ਹੁਣ ਪਾਗਲਖਾਨੇ ਛੱਡ ਕੇ ਹੀ ਆਵਾਂਗੇ। ਗੱਲ ਕੀ ਆ, ਇਸ ਬਹਿਸ ਬਸਾਈਏ ਦੇ ਵਿੱਚ ਅਖੀਰ ਫਿਰ ਕਹਿੰਦੇ ਮੇਰੇ ਮਿੱਤਰ ਨੂੰ ਉਸ ਥਾਣੇਦਾਰ ਨੂੰ 50 ਰੁਪਈਏ ਦੇ ਕੇ ਆਪਣੀ ਜਾਨ ਛਡਾਉਣੀ ਪਈ, ਤਾਂ ਜਾ ਕੇ ਜਿਹੜਾ ਸੀ ਉਹਦਾ ਪਿੱਛਾ ਜਿਹੜਾ ਸੀਗਾ ਉਹ ਥਾਣੇਦਾਰ ਨੇ ਛੱਡਿਆ। ਅਖੀਰ ਕਹਿੰਦੇ ਗੱਲ ਕੀ ਸੀਗੀ, ਗੱਲ ਇਸ ਤਰ੍ਹਾਂ ਹੋ ਗਈ ਕਿ ਇੱਕ ਤਾਂ ਜਿਹੜਾ ਸੀਗਾ ਇਸ ਆਦਮੀ ਦਾ ਮਾਣ ਸਨਮਾਨ ਜਾਂਦਾ ਰਿਹਾ, ਦੂਸਰਾ ਜਿਹੜਾ ਸੀਗਾ ਇਹ ਦੂਸਰੇ ਅਧਿਕਾਰੀਆਂ ਉੱਤੇ ਕੇਸ ਚਲਾਉਣ ਦੇ ਚੱਕਰ ਦੇ ਵਿੱਚ ਜਿਹੜਾ ਸੀ ਇਹ ਬੁਰੀ ਤਰ੍ਹਾਂ ਉਲਝ ਗਿਆ ਅਤੇ ਇਹਦੀ ਕਿਸੇ ਤਰ੍ਹਾਂ ਕੋਈ ਪੇਸ਼ ਨਹੀਂ ਗਈ। ਅਖੀਰ ਜਦ ਪੇਸ਼ ਨਾ ਚੱਲਦੀ ਦੇਖ ਕੇ ਹੈ ਨਾ ਇਸ ਸੱਜਣ ਨੇ ਕਹਿੰਦੇ ਸਾਨੂੰ ਇੱਕ ਚਿੱਠੀ ਲਿਖੀ। ਚਿੱਠੀ 'ਚ ਲਿਖਿਆ ਕਹਿੰਦੇ ਕਿ ਸਰਦਾਰ ਹਰਭਜਨ ਸਿੰਘ ਜੀ ਸੋਢੀ, ਕਿ ਤੁਸੀਂ ਹੈ ਨਾ ਵਾਹਿਗੁਰੂ 'ਤੇ ਬੜਾ ਯਕੀਨ ਕਰਦੇ ਹੋ ਅਤੇ ਤੁਸੀਂ ਇਹ ਵੀ ਦੱਸਦੇ ਹੋ ਕਿ ਵਾਹਿਗੁਰੂ ਜਿਹੜਾ ਹੈ ਨਾ ਉਹ ਸਰਵ ਸ਼ਕਤੀਮਾਨ ਹੈ ਅਤੇ ਉਹ ਸਭ ਸਮਰੱਥ ਹੈ ਅਤੇ ਵਿਗੜਿਆਂ ਦੇ ਕਾਰਜ ਜਿਹੜਾ ਉਹ ਸਵਾਰਨ ਵਾਲਾ ਹੈਗਾ। ਇਸ ਕਰਕੇ ਤੁਸੀਂ ਕਿਰਪਾ ਕਰੋ ਮੈਨੂੰ ਕੋਈ ਐਸਾ ਸ਼ਬਦ ਦਿਓ ਕਿ ਜਿਹਦੇ ਨਾਲ ਹੈ ਨਾ ਮੇਰੇ ਸਾਰੇ ਕਾਰਜ ਉਹ ਸਫਲ ਹੋ ਜਾਣ। ਜਦੋਂ ਕਹਿੰਦੇ ਇਹ ਚਿੱਠੀ ਮੈਨੂੰ ਮਿਲੀ ਹਰਭਜਨ ਸਿੰਘ ਜੀ ਸੋਢੀ, ਕਹਿਣ ਲੱਗੇ ਕਹਿੰਦੇ ਫਿਰ ਕਿਉਂਕਿ ਮੇਰਾ ਮਿੱਤਰ ਸੀਗਾ, ਫਿਰ ਵੀ ਕਹਿੰਦੇ ਮੈਂ ਇਸ ਤਰ੍ਹਾਂ ਕੀਤਾ ਹੈਗਾ ਕਿ ਚਿੱਠੀ ਦੇ ਵਿੱਚ ਨਾ ਇੱਕ ਇਹਨੂੰ ਸ਼ਬਦ ਲਿਖ ਕੇ ਭੇਜਿਆ। ਉਹ ਸ਼ਬਦ ਕੀ ਸੀ ਕਿ ਸਤਿਗੁਰ ਆਇਓ ਸਰਨ ਤੁਮਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਕਹਿੰਦੇ ਮੈਂ ਇਹ ਸ਼ਬਦ ਜਿਹੜਾ ਸੀ ਲਿਖ ਕੇ ਭੇਜ ਦਿੱਤਾ ਅਤੇ ਇਹਦਾ ਨੇਮ ਵੀ ਭੇਜ ਦਿੱਤਾ ਕਿ ਇਸ ਸ਼ਬਦ ਨੂੰ 108 ਵਾਰੀ ਜਿਹੜਾ ਤੁਸੀਂ ਆਪਣੇ ਮਾਲਾ ਦੇ ਨਾਲ ਜਪਣਾ ਹੈ ਅਤੇ ਵਾਹਿਗੁਰੂ ਜਿਹੜਾ ਹੈ ਇਸ ਸ਼ਬਦ ਦੀ ਕਮਾਈ ਨੂੰ ਫਿਰ ਤੁਹਾਡੇ ਜੋ ਮਨ ਦੀ ਕਾਮਨਾ ਹੈਗੀ ਉਹਨੂੰ ਭਾਗ ਲਾਏਗਾ। ਕਹਿੰਦੇ ਖੈਰ ਇਹ ਸੱਜਣ ਜਿਹੜੇ ਸੀਗੇ ਇਹ ਇਸ ਸ਼ਬਦ ਦੀ ਕਮਾਈ ਕਰਨ ਲੱਗ ਪਏ। ਕਮਾਈ ਕਰਦੇ ਕਰਦੇ ਅਖੀਰ ਫਿਰ ਸੱਜਣ ਨੇ ਹੈ ਨਾ ਕਹਿੰਦੇ ਦਿੱਲੀ ਤੋਂ ਮੈਨੂੰ 2 ਮਹੀਨੇ ਬਾਅਦ ਖੱਤ ਭੇਜਿਆ। ਖੱਤ ਭੇਜ ਕੇ ਕਹਿੰਦੇ ਇਹਨੇ ਲਿਖਿਆ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਵਾਹਿਗੁਰੂ ਸਮਰੱਥ ਹੈ, ਕਾਰਨ ਕਾਰਨ ਸਮਰੱਥ ਹੈ, ਜਾਂ ਤੁਸੀਂ ਕਹਿੰਦੇ ਸੀਗੇ ਕਿ ਵਾਹਿਗੁਰੂ ਜਿਹੜਾ ਹੈਗਾ ਉਹ ਸਰਵ ਸ਼ਕਤੀਮਾਨ ਹੈ, ਜੋ ਵੀ ਇਹਦੀ ਸ਼ਰਨ ਵਿੱਚ ਆਉਂਦਾ ਉਹਦੇ ਕੰਮ ਸਵਾਰਦਾ ਹੈਗਾ, ਪਰ ਮੈਂ ਤਾਂ ਦੇਖੋ ਇਸ ਸ਼ਬਦ ਦਾ ਜਿਹੜਾ ਸੀਗਾ 2 ਮਹੀਨੇ ਜਾਪ ਵੀ ਕੀਤਾ ਪਰ ਮੈਨੂੰ ਤਾਂ ਕਾਰਜ ਵਿੱਚ ਕੋਈ ਸਫਲਤਾ ਨਹੀਂ ਮਿਲੀ, ਮੈਨੂੰ ਤਾਂ ਕੋਈ ਸਿੱਧੀ ਨਹੀਂ ਮਿਲੀ। ਮੈਨੂੰ ਤਾਂ ਲੱਗਦਾ ਹੈਗਾ ਕਿ ਜਿਹੜਾ ਤੁਹਾਡਾ ਰੱਬ ਹੈਗਾ ਮੇਰੇ ਸਾਰੇ ਕੰਮਾਂ ਦੇ ਵਿੱਚ ਫੇਲ ਹੋ ਗਿਆ। ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਨੇ ਕਈ ਗੱਲਾਂ ਕਹਿੰਦੇ ਇਹਨੇ ਮੈਨੂੰ ਆਪਣੇ ਖੱਤ ਦੇ ਵਿੱਚ ਲਿਖ ਕੇ ਭੇਜ ਦਿੱਤੀਆਂ। ਜਦ ਕਹਿੰਦੇ ਇਹਨੇ ਇਹੋ ਜਿਹੀਆਂ ਗੱਲਾਂ ਆਪਣੇ ਖੱਤ ਦੇ ਵਿੱਚ ਭੇਜ ਦਿੱਤੀਆਂ ਅਤੇ ਕਹਿੰਦੇ ਫਿਰ ਮੈਂ ਇਹਨੂੰ ਜੋ ਜਵਾਬੀ ਖੱਤ ਲਿਖਿਆ ਉਹਦੇ ਵਿੱਚ ਮੈਂ ਇਹਨੂੰ ਲਿਖਿਆ ਕਿ ਜਿਹੜੀ ਸ਼ਬਦ ਦੀ ਕਮਾਈ ਆ ਹੈ ਨਾ ਇਹ ਕਦੀ ਵਿਅਰਥੀ ਨਹੀਂ ਜਾਂਦੀ, ਕਿਉਂਕਿ ਬਾਣੀ ਦੇ ਅੱਧੇ ਅੱਖਰ ਦੀ ਜਿਹੜੀ ਮਹਿਮਾ ਹੈਗੀ ਆ ਉਹ ਵੀ ਅਕੱਥ ਨਹੀਂ ਇਹ ਹੈ। ਤੁਸੀਂ ਤਾਂ ਫਿਰ ਵੀ 2 ਮਹੀਨੇ ਜਿਹੜਾ ਹੈ ਨਾ ਇਸ ਸ਼ਬਦ ਦੀ ਆਰਾਧਨਾ ਕੀਤੀ ਹੈ, ਇਹਦਾ ਬੀਜਿਆ ਹੋਇਆ ਜਿਹੜਾ ਹੈ ਨਾ ਬੀਜ ਹੈ ਇਹ ਕਦੀ ਵਿਅਰਥ ਨਹੀਂ ਜਾਂਦਾ, ਸਮਾਂ ਪਾ ਕੇ ਇਹਨੂੰ ਜ਼ਰੂਰ ਫਲ ਲੱਗਦਾ ਹੈ, ਪਰ ਕਿਉਂਕਿ ਤੁਸੀਂ ਹੈ ਨਾ ਇਸ ਕੰਮ ਦੇ ਵਿੱਚ ਬਹੁਤ ਕਾਹਲੀ ਕੀਤੀ ਹੈ, ਕਿਉਂਕਿ ਕਾਹਲੀ ਦੇ ਅੰਦਰ ਟੋਏ ਹੁੰਦੇ ਆ ਅਤੇ ਇਸ ਕਰਕੇ ਤੁਹਾਨੂੰ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਹੈ ਨਾ ਬੜੀ ਉਤਸ਼ਾਹ ਦੇ ਨਾਲ ਅਤੇ ਬੜੇ ਧੀਰਜ ਦੇ ਨਾਲ ਇਸ ਫਲ ਨੂੰ ਉਡੀਕਣਾ ਚਾਹੀਦਾ ਸੀਗਾ, ਪਰ ਤੁਸੀਂ ਉਲਟਾ ਹੀ ਉਸ ਪਰਮੇਸ਼ਰ ਦੇ ਉੱਤੇ ਦੋਸ਼ ਦੇਣੇ ਸ਼ੁਰੂ ਕਰ ਦਿੱਤੇ ਹੈ। ਇਸ ਕਰਕੇ ਇਹ ਤੁਹਾਡੇ ਜਿਹੜੇ ਹੈ ਨਾ ਦੋਸ਼ ਹੈ, ਜੋ ਤੁਹਾਡੇ ਅੰਦਰ ਵਾਹਿਗੁਰੂ ਦੇ ਪ੍ਰਤੀ ਜੋ ਭਾਵਨਾ ਹੈਗੀ ਆ ਇਸ ਨਾਂਵਾਚਕ ਦੀ,
ਇਹ ਹੀ ਸਭ ਤੋਂ ਵੱਡੀ ਰੁਕਾਵਟ ਹੈ। ਜਦੋਂ ਕਹਿੰਦੇ ਫਿਰ ਮੈਂ ਇਹ ਚੀਜ਼ ਜਿਹੜੀ ਸੀ ਭੇਜੀ ਸੀ, ਉਸ ਤੋਂ ਬਾਅਦ ਕਹਿੰਦੇ ਫਿਰ ਕੁਦਰਤੀ ਜਦੋਂ ਉਹ ਸੱਜਣ ਨੇ ਚਿੱਠੀ ਪੜ੍ਹੀ, ਚਿੱਠੀ ਪਾਉਣ ਤੋਂ ਬਾਅਦ ਦਿੱਲੀ ਉਹਨੇ ਫਿਰ ਮੈਨੂੰ ਦੂਸਰਾ ਜਵਾਬ ਦਿੱਤਾ ਕਿ ਜਦੋਂ ਤੁਸੀਂ ਮੈਨੂੰ ਇਹ ਦੱਸਿਆ ਕਿ ਅਸਲ ਦੇ ਵਿੱਚ ਤੁਹਾਡੀ ਜਿਹੜੀ ਕਾਹਲੀ ਹੈ ਨਾ, ਇਹ ਕਾਹਲੀ ਦਾ ਜਿਹੜਾ ਫਲ ਹੈਗਾ ਇਹ ਹੀ ਤੇਰੇ ਵਾਸਤੇ ਰੁਕਾਵਟ ਬਣ ਗਿਆ ਹੈਗਾ। ਕਹਿੰਦੇ ਹੁਣ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਮੈਂ ਸ਼ਬਦ ਤਾਂ ਜ਼ਰੂਰ ਪੜ੍ਹਦਾ ਸੀਗਾ ਪਰ ਮੇਰੇ ਅੰਦਰ ਇਹ ਕਾਹਲੀ ਸੀਗੀ, ਖਿੱਚ ਸੀਗੀ ਕਿ ਇਹਦਾ ਫਲ ਹੈ ਨਾ ਮੈਨੂੰ ਜਲਦੀ ਜਲਦੀ ਮਿਲਣਾ ਚਾਹੀਦਾ ਹੈ। ਹੁਣ ਮੈਨੂੰ ਸਮਝ ਆਈ ਆ ਕਿ ਸਬਰ ਅਤੇ ਧੀਰਜ ਜਿਹੜਾ ਹੈ ਨਾ ਇਹ ਬਹੁਤ ਵੱਡਾ ਹਥਿਆਰ ਹੈਗਾ, ਇਹ ਕੰਮ ਦੀ ਸਫਲਤਾ ਵਾਸਤੇ ਬਹੁਤ ਵੱਡਾ ਹਥਿਆਰ ਹੈਗਾ। ਇਸ ਕਰਕੇ ਨਾਮ ਦਾ ਬੀਜਿਆ ਹੋਇਆ ਕੋਈ ਵੀ ਬੀਜ ਜਿਹੜਾ ਹੈ ਨਾ ਇਹ ਕਦੀ ਗਵਾਚਦਾ ਨਹੀਂ, ਕਦੀ ਗਲਦਾ ਨਹੀਂ, ਇਹ ਸਮਾਂ ਪਾ ਕੇ ਜ਼ਰੂਰ ਪੁੰਗਰੂਗਾ ਅਤੇ ਪੁੰਗਰ ਤੋਂ ਬਾਅਦ ਇਹਨੂੰ ਜਿਹੜੇ ਐਸੇ ਫਲ ਲੱਗਣਗੇ ਕਿ ਜਿਨ੍ਹਾਂ ਨੂੰ ਉਹ ਜਿਹੜਾ ਕਰਨ ਵਾਲਾ ਵਾਹਿਗੁਰੂ ਹੈ ਉਸ ਨੂੰ ਇੰਨਾ ਭਰਪੂਰ ਕਰ ਦੇਗਾ ਕਿ ਉਹ ਅੰਮ੍ਰਿਤ ਫਲ ਖਾਂਦਾ ਖਾਂਦਾ ਥੱਕ ਜਾਏਗਾ ਪਰ ਇਹ ਫਲ ਜਿਹੜੇ ਹਨ ਇਹ ਕਦੀ ਨਹੀਂ ਮੁੱਕਣਗੇ। ਫਿਰ ਕਹਿੰਦੇ ਉਹਨੇ ਨਾਲ ਹੀ ਮੈਨੂੰ ਜਿਹੜਾ ਸੀ ਇਹ ਵੀ ਲਿਖ ਦਿੱਤਾ ਕਿ ਦਿੱਲੀ ਤੋਂ ਕਹਿੰਦੇ 4 ਦਿਨਾਂ ਬਾਅਦ ਫਿਰ ਜਦ ਚਿੱਠੀ ਆਈ ਉਹਦੇ ਵਿੱਚ ਉਹ ਸੱਜਣ ਮੇਰੇ ਮਿੱਤਰ ਨੇ ਲਿਖਿਆ ਸੀਗਾ ਕਿ ਦਰਅਸਲ ਗੱਲ ਇਹ ਹੈ ਕਿ ਮੈਂ ਤੁਹਾਡੀ ਅੱਜ ਚਿੱਠੀ ਪੜ੍ਹ ਰਿਹਾ ਸੀਗਾ ਅਤੇ ਚਿੱਠੀ ਪੜ੍ਹਦਿਆਂ ਜਿਹੜਾ ਸੀ ਕਹਿੰਦੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਆ ਕਿ ਜਿਹੜੀ ਮੇਰੀ ਪੋਸਟ ਲੋਅਰ ਸੀਗੀ ਕਰ ਦਿੱਤੀ, ਹੁਣ ਫਿਰ ਉਹ ਪੋਸਟ ਜਿਹੜੀ ਸੀਗੀ ਮੈਨੂੰ ਉੱਚਾ ਅਹੁਦਾ ਦੇ ਦਿੱਤਾ ਅਤੇ ਨਾਲ ਹੀ ਮੇਰੀ ਬਦਲੀ ਜਿਹੜੀ ਹੈ ਨਾ ਇਹ ਮਦਰਾਸ ਦੀ ਕਰ ਦਿੱਤੀ ਆ ਅਤੇ ਅੱਜ ਮੈਂ ਬਹੁਤ ਹੀ ਭਾਵੁਕ ਹੋ ਕੇ ਤੁਹਾਨੂੰ ਇੱਕ ਖਤ ਲਿਖ ਰਿਹਾ ਹੈਗਾ ਕਿ ਵਾਹਿਗੁਰੂ ਨੇ ਮੇਰੀ ਜਿਹੜੀ ਹੈ ਬਹੁਤ ਛੇਤੀ ਸੁਣ ਲਈ ਹੈ ਅਤੇ ਜਿਸ ਭਾਵਨਾ ਦੇ ਵਿੱਚ ਜਿਹੜੀ ਮੇਰੀ ਨੌਕਰੀ ਛੋਟੀ ਹੋ ਗਈ ਸੀ ਇਹਨਾਂ ਅਧਿਕਾਰੀਆਂ ਦੇ ਵਿੱਚ, ਹੁਣ ਨਵੇਂ ਅਧਿਕਾਰੀਆਂ 'ਚ ਜਦੋਂ ਮੈਂ ਜਾਊਂਗਾ ਇੱਕ ਤਾਂ ਮੈਨੂੰ ਅਹੁਦਾ ਵੀ ਜਿਹੜਾ ਉੱਚਾ ਮਿਲ ਗਿਆ ਹੈ ਅਤੇ ਦੂਸਰੀ ਗੱਲ ਹੈ ਮੇਰੀ ਬਦਲੀ ਵੀ ਜਿਹੜੀ ਮਦਰਾਸ ਦੀ ਹੋ ਗਈ ਆ ਅਤੇ ਇਹ ਏਰੀਆ ਜਿਹੜਾ ਹੈਗਾ ਇਹ ਵੀ ਬਹੁਤ ਮਨ ਭਾਉਂਦਾ ਹੈਗਾ ਅਤੇ ਮੈਂ ਹੁਣ ਸੰਕਲਪ ਕਰ ਲਿਆ ਹੈ ਕਿ ਹੁਣ ਮੈਂ ਰੋਜ਼ ਨਿਤਨੇਮ ਕਰਿਆ ਕਰਾਂਗਾ ਅਤੇ ਗੁਰਦੁਆਰੇ ਸਾਹਿਬ ਜਾਇਆ ਕਰਾਂਗਾ। ਖੈਰ ਕਹਿੰਦੇ ਉਹ ਸੱਜਣ ਜਦੋਂ ਬਦਲੀ ਕਰਕੇ ਮਦਰਾਸ ਚਲੇ ਗਏ ਹੈ ਨਾ, ਮਦਰਾਸ ਜਾਣ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਨੇ ਉੱਥੋਂ ਮੈਨੂੰ ਦੁਬਾਰਾ ਖੱਤ ਲਿਖਿਆ ਕਿ ਮੈਂ ਨਿਤਨੇਮ ਤਾਂ ਰੋਜ਼ ਕਰਦਾ ਹਾਂ ਪਰ ਇੱਥੇ ਜੋ ਗੁਰਦੁਆਰਾ ਸਾਹਿਬ ਹੈ ਨਾ ਘੁੱਟ ਘੱਟ ਉਹ 12-13 ਮੀਲ ਦੀ ਦੂਰੀ 'ਤੇ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਰੋਜ਼ ਸਵੇਰ ਸ਼ਾਮ ਸੈਰ ਕਰਾਂ ਪਰ ਕਿਉਂਕਿ ਗੁਰਦੁਆਰੇ ਸਾਹਿਬ ਜਿਹੜੀ ਹੈ ਨਾ ਮੇਰੇ ਤੋਂ ਐਡੀ ਦੂਰ ਜਾ ਨਹੀਂ ਹੁੰਦਾ ਅਤੇ ਮੈਂ ਚਾਹੁੰਦਾ ਹਾਂ ਕਿ ਕੋਈ ਗੁਰਦੁਆਰਾ ਨੇੜੇ ਹੋਵੇ ਤਾਂ ਫਿਰ ਬਹੁਤ ਚੰਗੀ ਗੱਲ ਵਾ ਜਿਸ ਕਰਕੇ ਮੈਂ ਦਰਸ਼ਨਾਂ ਤੋਂ ਵਾਂਝਾ ਰਹਿ ਜਾਂਦਾ। ਕਹਿੰਦੇ ਜਦੋਂ ਉਹਨਾਂ ਦੇ ਮਨ ਦੇ ਅੰਦਰ ਹੈ ਨਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਖਿੱਚ ਪਈ, ਉਹਨਾਂ ਨੇ ਜਦੋਂ ਇਹ ਚਿੱਠੀ ਜਿਹੜੀ ਸੀ ਦੁਬਾਰਾ ਮੈਨੂੰ ਲਿਖੀ ਆ ਅਤੇ ਹਰਭਜਨ ਸਿੰਘ ਜੀ ਸੋਢੀ ਕਹਿਣ ਲੱਗੇ ਜਦੋਂ ਦੁਬਾਰਾ ਚਿੱਠੀ ਮੇਰੇ ਕੋਲ ਆਈ ਆ ਅਤੇ ਮੈਂ ਉਸ ਚਿੱਠੀ ਦਾ ਦੁਬਾਰਾ ਜਵਾਬ ਜਿਹੜਾ ਸੀ ਆਪਣੇ ਸੱਜਣ ਨੂੰ ਭੇਜਿਆ, ਉਹਦੇ ਵਿੱਚ ਕਹਿੰਦੇ ਮੈਂ ਇਹ ਲਫ਼ ਜਿਹੜਾ ਲਫ਼ਜ਼ ਸੀ ਇਹ ਲਿਖ ਦਿੱਤਾ, ਕਹਿੰਦੇ ਇਹ ਲਫ਼ਜ਼ ਸੀਗਾ ਸਰਚ ਐਂਡ ਯੂ ਵਿਲ ਫਾਈਨ। ਕਹਿੰਦੇ ਮੈਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਕੋਸ਼ਿਸ਼ ਕਰੋ ਲੱਭੋ, ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਜ਼ਰੂਰ ਜਿਹੜਾ ਹੈ ਉਹ ਮਿਲ ਜਾਏਗਾ। ਅਤੇ ਕਹਿੰਦੇ ਜਦੋਂ ਗੁਰਦੁਆਰਾ ਸਾਹਿਬ ਮਿਲ ਜਾਏਗਾ ਤਾਂ ਉਸ ਤੋਂ ਬਾਅਦ ਕਹਿੰਦੇ ਨੌਕ ਐਂਡ ਇਟ ਵਿਲ ਬੀ ਓਪਨਡ, ਕਹਿੰਦੇ ਫਿਰ ਤੁਸੀਂ ਦਰਵਾਜ਼ਾ ਖੜਕਾਉਂਗੇ ਤਾਂ ਉਹ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਜ਼ਰੂਰ ਖੁੱਲ੍ਹ ਜਾਏਗਾ। ਕਹਿੰਦੇ ਇਹ ਚਿੱਠੀ ਜਿਹੜੀ ਸੀ ਮੈਂ ਇੰਗਲਿਸ਼ ਦੇ ਵਿੱਚ ਲਿਖ ਕੇ ਕਹਿੰਦੇ ਆਪਣੇ ਮਿੱਤਰ ਨੂੰ ਭੇਜ ਦਿੱਤੀ, ਕਹਿੰਦੇ ਉਹ ਮਿੱਤਰ ਜਿਹੜਾ ਸੀਗਾ ਉਹਦੀ ਫਿਰ ਜਾ ਕੇ ਕਹਿੰਦੇ ਮਹੀਨੇ ਬਾਅਦ ਚਿੱਠੀ ਆਈ ਆ। ਉਸ ਚਿੱਠੀ ਦੇ ਵਿੱਚ ਉਸ ਮਿੱਤਰ ਨੇ ਬੜੀ ਇੱਕ ਅਚਰਜ ਘਟਨਾ ਦੱਸੀ, ਉਹ ਕਹਿਣ ਲੱਗਾ ਕਿ ਜਿਸ ਦਿਨ ਕਹਿੰਦੇ ਤੁਹਾਡੀ ਚਿੱਠੀ ਜਿਹੜੀ ਸੀ ਉਹ ਆਈ ਆ ਉਸ ਦਿਨ ਕਹਿੰਦੇ ਇੱਕ ਹੈ ਨਾ ਸਮੁੰਦਰੀ ਜਹਾਜ਼ ਜਿਹੜਾ ਸੀਗਾ ਉਹ ਬੰਦਰਗਾਹ 'ਤੇ ਲੱਗਾ ਅਤੇ ਉਹਦਾ ਇਹ ਜਿਹੜੇ ਕਸਟਮ ਦੇ ਕੰਮ ਸੀਗੇ ਜਾਂ ਸਮਾਨ ਦੇ ਦੂਸਰੇ ਹੋਰ ਕੰਮ ਸੀਗੇ ਉਹਨਾਂ ਕੰਮਾਂ ਦੇ ਵਿੱਚ ਕਹਿੰਦੇ ਮੈਂ ਬਿਜ਼ੀ ਹੋਇਆ, ਇਸ ਕਰਕੇ ਉਸ ਦਿਨ ਦੀ ਜਿਹੜੀ ਡਾਕ ਸੀ ਕਹਿੰਦੇ ਮੈਂ ਦੇਖ ਨਹੀਂ ਸਕਿਆ ਪਰ ਕੰਮ ਤੋਂ ਬਿਲਕੁਲ ਕਹਿੰਦੇ ਫ੍ਰੀ ਹੋ ਕੇ ਨਾ ਰਾਤ ਨੂੰ ਖਾਣਾ ਖਾ ਕੇ ਕਹਿੰਦੇ ਮੈਂ ਆਪਣੇ ਚਪੜਾਸੀ ਨੂੰ ਕਹਿਤਾ ਸੀਗਾ ਕਿ ਜਿੰਨੀ ਇਹ ਡਾਕ ਹੈ ਨਾ ਇਹ ਮੇਰੀ ਘਰ ਪਹੁੰਚਾ ਦੇ ਅਤੇ ਮੈਂ ਘਰ ਫ੍ਰੀ ਹੋ ਕੇ ਦੇਖੂੰਗਾ। ਰਾਤ ਨੂੰ ਕਹਿੰਦੇ ਖਾਣਾ ਖਾਣ ਤੋਂ ਬਾਅਦ ਹੈ ਨਾ ਜਿੱਥੇ ਮੈਂ ਦੂਜੀਆਂ ਜਿਹੜੀਆਂ ਸੀਗੀਆਂ ਸਰਕਾਰੀ ਚਿੱਠੀਆਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਜਦੋਂ ਰਾਤ ਦੇ 12 ਵਜੇ ਉਸ ਟਾਈਮ ਢਾਡੀ ਲਿਖੀ ਚਿੱਠੀ ਵੀ ਮੇਰੇ ਹੱਥ ਲੱਗੀ ਜਿਹਦੇ ਵਿੱਚ ਤੁਸਾਂ ਨੇ ਜਿਹੜਾ ਸੀ ਜਵਾਬ ਲਿਖਿਆ ਸੀ ਜਿਹਦੇ ਵਿੱਚ ਤੁਸੀਂ ਲਿਖਿਆ ਸੀ ਕਿ ਸਰਚ ਐਂਡ ਯੂ ਵਿਲ ਫਾਈਨ ਨੌਕ ਐਂਡ ਇਟ ਵਿਲ ਬੀ ਓਪਨਡ। ਕਹਿੰਦੇ ਇਹ ਮੈਨੂੰ ਪੜ੍ਹ ਕੇ ਜਿਹੜੀ ਸੀ ਇੰਨੀ ਮਨ ਦੇ ਵਿੱਚ ਮੇਰਾ ਉਤਸ਼ਾਹ ਵਧਿਆ
ਕਿ ਮੈਂ ਸੋਚੀ ਪੈ ਗਿਆ ਕਿ ਤੁਸੀਂ ਲਿਖ ਦਿੱਤਾ ਕਿ ਭਾਈ ਲੱਭੋ, ਲੱਭਣ ਦੇ ਨਾਲ ਇਹ ਤੁਹਾਨੂੰ ਜਿਹੜਾ ਹੈ ਨਾ ਜ਼ਰੂਰ ਲੱਭ ਜਾਏਗਾ, ਅਤੇ ਤੁਸੀਂ ਕਹਿੰਦੇ ਉਹਦਾ ਹੈ ਨਾ ਦਰਵਾਜ਼ਾ ਜਿਹੜਾ ਹੈ ਖੜਖੜਾਓ, ਅਤੇ ਉਹ ਦਰਵਾਜ਼ਾ ਜਦੋਂ ਖੜਕਾਓਗੇ ਤਾਂ ਉਹ ਜ਼ਰੂਰ ਖੁੱਲ੍ਹੇਗਾ। ਭਾਵ ਕੀ ਆ, ਕਹਿੰਦੇ ਇਸ ਚਿੱਠੀ ਨੇ ਮੇਰੇ ਅੰਦਰ ਐਸੀ ਖਿੱਚ ਬਣਾਈ ਆ ਕਿ ਰਾਤ ਨੂੰ 12 ਵਜੇ ਹੈ ਨਾ ਮੈਂ ਗੁਰਦੁਆਰੇ ਦੀ ਤਲਾਸ਼ ਕਰਨ ਉੱਠ ਪਿਆ। ਜਦੋਂ ਕਹਿੰਦੇ ਉੱਠਿਆ ਕਹਿੰਦੇ ਮੈਂ ਘਰੋਂ ਹੈ ਨਾ 4 ਮੀਲ ਦੂਰ ਸਮੁੰਦਰ ਵੱਲ ਨਿਕਲ ਗਿਆ। ਉਹ ਸਮੁੰਦਰ ਦੇ ਕਹਿੰਦੇ ਬੀਚ 'ਤੇ ਤੁਰਦਿਆਂ ਮੇਰੇ ਮਨ ਦੇ ਵਿੱਚ ਇਹੋ ਹੀ ਜਿਹੜਾ ਹੈ ਨਾ ਵਾਰ ਵਾਰ ਜਿਹੜਾ ਸੀ ਉਹ ਆਈ ਜਾਵੇ ਕਿ ਸਰਚ ਐਂਡ ਯੂ ਵਿਲ ਫਾਈਨ ਨੋਕ ਐਂਡ ਇਟ ਵਿਲ ਬੀ ਓਪਨ। ਕਹਿੰਦੇ ਵਾਰ ਵਾਰ ਜਦੋਂ ਗੱਲ ਮੇਰੇ ਦਿਮਾਗ 'ਚ ਆਵੇ ਤਾਂ ਮੈਨੂੰ ਕਹਿੰਦੇ ਇਸ ਤਰ੍ਹਾਂ ਲੱਗੇ ਕਿ ਜਿਵੇਂ ਇਹ ਮੈਂ ਸਫਲਤਾ ਦੇ ਬਿਲਕੁਲ ਨਜ਼ਦੀਕ ਪਹੁੰਚ ਰਿਹਾ ਹਾਂ। ਅਖੀਰ ਕਹਿੰਦੇ ਸਮੁੰਦਰ ਦੀ ਬੀਚ ਉੱਤੇ ਘੁੰਮਦੇ ਮੈਂ ਕਹਿੰਦੇ ਕੀ ਦੇਖਿਆ ਕਿ ਰਾਤ ਜਿਹੜੀ ਸੀ ਉਹ ਕਾਫੀ ਬੀਤ ਗਈ ਸੀ। ਜਦ ਕਹਿੰਦੇ ਰਾਤ ਕਾਫੀ ਬੀਤ ਗਈ ਤਾਂ ਮੇਰੇ ਪਿੱਛੋਂ ਕਹਿੰਦੇ ਇੱਕ ਸੱਜਣ ਜਿਨ੍ਹਾਂ ਦਾ ਜਿਹੜਾ ਸੀ ਉਹਨੇ ਸਫੇਦ ਬਾਣਾ ਪਾਇਆ ਹੋਇਆ ਸੀਗਾ, ਅਤੇ ਉਹਨਾਂ ਦਾ ਸਫੇਦ ਜਿਹੜਾ ਸੀ ਉਹ ਲੰਬਾ ਦਾੜਾ ਸੀਗਾ ਅਤੇ ਅੱਖਾਂ ਵਿੱਚ ਬੜੀ ਚਮਕ ਸੀਗੀ। ਕਹਿੰਦੇ ਉਹਨਾਂ ਨੇ ਪਿੱਛੋਂ ਆ ਕੇ ਹੈ ਨਾ ਮੇਰੇ ਮੋਢੇ 'ਤੇ ਹੱਥ ਜਿਹੜਾ ਸੀ ਰੱਖ ਦਿੱਤਾ। ਜਦੋਂ ਕਹਿੰਦੇ ਉਹਨਾਂ ਨੇ ਪਿੱਛੇ ਮੇਰੇ ਮੋਢੇ 'ਤੇ ਹੱਥ ਰੱਖਿਆ ਤਾਂ ਹੱਥ ਰੱਖਦੇ ਸਾਰ ਹੀ ਹੈ ਨਾ ਮੇਰੇ ਅੰਦਰ ਜਿਹੜੀ ਸੀ ਉਹ ਬਿਜਲੀ ਦੇ ਕਰੰਟ ਦੇ ਆਨੰਦ ਦੀ ਝਰਨਾਹਟ ਕਹਿੰਦੇ ਛੱਡ ਗਈ। ਜਦ ਕਹਿੰਦੇ ਛਿੜੀ ਮੈਂ ਪਿੱਛਾ ਮੁੜ ਕੇ ਦੇਖਿਆ, ਜਦ ਕੀ ਦੇਖਿਆ ਤਾਂ ਇੱਕ ਕੋ ਬਹੁਤ ਹੀ ਕੋ ਗੁਰਮੁਖ ਪਿਆਰੇ ਸੱਜਣ ਜੋ ਹਨੇਰੇ ਦੇ ਵਿੱਚ ਖੜ੍ਹੇ ਆ, ਜਿਨ੍ਹਾਂ ਦੇ ਵਸਤਰ ਵੀ ਚਿੱਟੇ ਆ ਅਤੇ ਚਿੱਟਾ ਜਿਹੜਾ ਲੰਬਾ ਦਾੜਾ ਵੀ ਆ ਤਾਂ ਅੱਖਾਂ ਦੇ ਵਿੱਚ ਬੜੀ ਚਮਕੋ ਆ, ਅਤੇ ਕਹਿੰਦੇ ਮੈਨੂੰ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਕਾਕਾ ਗੁਰਦੁਆਰਾ ਢੂੰਡਦਾ। ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਇਹਨਾਂ ਨੂੰ ਕਿਵੇਂ ਪਤਾ ਹੈ ਕਿ ਮੈਂ ਗੁਰਦੁਆਰੇ ਸਾਹਿਬ ਦੀ ਤਲਾਸ਼ ਦੇ ਵਿੱਚ ਰਾਤ ਨੂੰ ਸਮੁੰਦਰ ਬੀਚ 'ਤੇ ਤੁਰਾ ਫਿਰਦਾ ਹੈ। ਅਤੇ ਦੂਸਰਾ ਵਚਨ ਕਹਿੰਦੇ ਉਹਨਾਂ ਨੇ ਕੀਤਾ, ਕਹਿੰਦੇ ਕੀ ਕਹਿੰਦੇ ਗੁਰਦੁਆਰੇ ਜਿਹੜੇ ਆ ਸਮੁੰਦਰ ਦੇ ਕੰਢਿਆਂ 'ਤੇ ਬਣੇ ਹੁੰਦੇ ਆ। ਕਹਿੰਦੇ ਮੈਂ ਕੁਛ ਨਹੀਂ ਬੋਲਿਆ, ਪਰ ਤੀਸਰਾ ਵਚਨ ਉਹ ਨਹੀਂ ਕੀਤਾ, ਕਹਿੰਦੇ ਆਓ ਤੈਨੂੰ ਗੁਰਦੁਆਰੇ ਲੈ ਚੱਲਦਾ ਹਾਂ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ ਅਤੇ ਕਹਿੰਦੇ ਉਹ ਜਿਹੜੇ ਸੀਗੇ ਚਿੱਟੇ ਕੱਪੜੇ ਵਾਲੇ ਮਹਾਂਪੁਰਖ ਜਿਹੜੀ ਦਿਵ ਜੋਤ ਸਰੂਪ ਸੀਗਾ, ਕਹਿੰਦੇ ਉਹ ਮੇਰੇ ਅੱਗੇ ਅੱਗੇ ਤੁਰ ਪਏ, ਮੈਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ। ਪਰ ਮੇਰੇ ਮਨ 'ਚ ਖਿਆਲ ਹੈ ਕਿ ਅੱਧੀ ਰਾਤ ਤੋਂ ਉੱਪਰ ਕਾਫੀ ਸਮਾਂ ਹੋ ਗਿਆ ਕਿ ਇਹ ਬਜ਼ੁਰਗ ਬਾਬਾ ਜੀ ਕੌਣ ਹੋਣਗੇ ਚਿੱਟੇ ਕੱਪੜਿਆਂ ਵਾਲੇ, ਅਤੇ ਨਾਲੇ ਮੈਨੂੰ ਬੜੇ ਪਿਆਰ ਦੇ ਨਾਲ ਪੁੱਛਦੇ ਆ ਇਹਨਾਂ ਨੂੰ ਕਿਵੇਂ ਪਤਾ ਕਿ ਮੈਂ ਰਾਤ ਨੂੰ ਗੁਰਦੁਆਰੇ ਸਾਹਿਬ ਦੀ ਤਲਾਸ਼ ਦੇ ਵਿੱਚ ਤੁਰਾ ਫਿਰਦਾ। ਅਤੇ ਲੇਕਿਨ ਕਹਿੰਦੇ ਮੇਰਾ ਹੈ ਨਾ ਪੁੱਛਣ ਦਾ ਹਿੰਮਤ ਨਾ ਪਵੇ ਉਹਨਾਂ ਨੂੰ, ਉਹ ਅੱਗੇ ਅੱਗੇ ਤੁਰੇ ਜਾਣ, ਅਤੇ ਕਹਿੰਦੇ ਮੈਂ ਪਿੱਛੇ ਪਿੱਛੇ ਤੁਰਿਆ ਗਿਆ। ਕਹਿੰਦੇ ਕਰਦੇ ਕਰਦੇ ਅਖੀਰ ਫਿਰ ਉਹ ਮੈਨੂੰ ਜਿਹੜਾ ਮੇਰਾ ਘਰ ਸੀਗਾ ਉਹਦੇ ਕੋਲ ਲਿਆਏ, ਲਿਆ ਕੇ ਕਹਿੰਦੇ ਉਹ ਘਰ ਦੇ ਕੋਲ ਆ ਕੇ ਕਹਿਣ ਲੱਗੇ, ਕਹਿੰਦੇ ਕਾਕਾ ਵੀ ਆਹ ਤੇਰਾ ਜਿਹੜਾ ਹੈ ਨਾ ਇਹ ਘਰ ਹੈਗਾ। ਕਹਿੰਦੇ ਮੈਂ ਦੇਖਿਆ ਵੀ ਵਾਕਿਆ ਇਹ ਤਾਂ ਮੇਰਾ ਘਰ ਹੈਗਾ। ਫਿਰ ਮੈਨੂੰ ਕਹਿੰਦੇ ਘਰ ਤੋਂ ਅਗਲੇ ਘਰ ਵੱਲ ਲੈ ਕੇ ਕਹਿਣ ਲੱਗੇ ਇਹ ਤੇਰੇ ਘਰ ਦੇ ਨਾਲ ਪਹਿਲਾ ਘਰ ਹੈ। ਫਿਰ ਕਹਿੰਦੇ ਅੱਗੇ ਗਏ ਕਹਿਣ ਲੱਗੇ ਇਹ ਤੇਰੇ ਘਰ ਦੇ ਨਾਲ ਦੂਜਾ ਘਰ ਹੈ। ਫਿਰ ਅਗਲੇ ਘਰ ਗਏ ਕਹਿਣ ਲੱਗੇ ਇਹ ਤੇਰੇ ਘਰ ਨਾਲੋਂ ਤੀਜਾ ਘਰ ਹੈ। ਇਸ ਤਰ੍ਹਾਂ ਕਹਿੰਦੇ ਕਹਿੰਦੇ ਜਦੋਂ ਚੌਥੇ ਘਰ ਦੇ ਵਿੱਚ ਗਏ ਤਾਂ ਕਹਿੰਦੇ ਮੈਨੂੰ ਕਹਿਣ ਲੱਗੇ, ਕਹਿੰਦੇ ਭਾਈ ਆਹ ਜਿਹੜਾ ਨਾ ਦਰਵਾਜ਼ਾ ਤੂੰ ਇਹਨੂੰ ਥੋੜ੍ਹਾ ਖਟਖਟਾ। ਕਹਿੰਦੇ ਮੈਂ ਦਰਵਾਜ਼ੇ ਨੂੰ ਖੜਕਾਇਆ, ਜਦ ਦਰਵਾਜ਼ੇ ਨੂੰ ਖੜਕਾਇਆ ਉਸ ਟਾਈਮ ਕਹਿੰਦੇ 4 ਤੋਂ ਥੋੜ੍ਹਾ ਜ਼ਿਆਦਾ ਟਾਈਮ ਅੰਮ੍ਰਿਤ ਵੇਲੇ ਦਾ ਹੋ ਗਿਆ ਸੀ, ਤਾਂ ਅੰਦਰੋਂ ਕਹਿੰਦੇ ਇੱਕ ਹੈ ਨਾ ਜੋੜਾ ਜੋ ਪਤੀ ਪਤਨੀ ਦਾ ਸੀਗਾ ਅੰਦਰੋਂ ਬਾਹਰ ਨਿਕਲਿਆ। ਜਦੋਂ ਕਹਿੰਦੇ ਬਾਹਰ ਨਿਕਲਿਆ ਤਾਂ ਕਹਿੰਦੇ ਉਹ ਜਿਹੜੇ ਸੀ ਹੈ ਨਾ ਬਜ਼ੁਰਗ ਮਹਾਂਪੁਰਖ ਉਹ ਕਹਿੰਦੇ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਵੀ ਭਾਈ ਗੱਲ ਇਹ ਹੈ ਕਿ ਇਹ ਕਾਕਾ ਹੈ ਨਾ ਦਿੱਲੀ ਤੋਂ ਬਦਲ ਕੇ ਇੱਥੇ ਆਇਆ ਹੈਗਾ, ਅਤੇ ਇਹ ਜਦੋਂ ਦਿੱਲੀ ਤੋਂ ਬਦਲ ਕੇ ਇੱਥੇ ਆਇਆ ਹੈਗਾ ਤਾਂ ਇੰਨੇ ਸਵੇਰੇ ਹੈ ਨਾ ਤੁਹਾਡੇ ਗੁਰੂ ਸਾਹਿਬ ਜੀ ਦੇ ਇੱਥੇ ਦਰਸ਼ਨ ਕਰਨ ਆਉਣੇ ਆ, ਅਤੇ ਅਗਰ ਇਹ ਦਰਸ਼ਨ ਕਰਨ ਇੱਥੇ ਰੋਜ਼ ਆਏਗਾ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ। ਕਹਿੰਦੇ ਜਦੋਂ ਉਸ ਦਿਵ ਜੋਤੀ ਮੂਰਤੀ ਨੇ ਉਹਨਾਂ ਨੂੰ ਇਹ ਆਖਿਆ ਤਾਂ ਕਹਿੰਦੇ ਉਹ ਜਿਹੜਾ ਜੋੜਾ ਸੀਗਾ ਪਤੀ ਪਤਨੀ ਦਾ ਜਿਨ੍ਹਾਂ ਦੇ ਘਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀਗਾ, ਕਹਿੰਦੇ ਉਹਨਾਂ ਨੇ ਉਸੇ ਟਾਈਮ ਦੋਨੇ ਹੱਥ ਜੋੜ ਕੇ ਕਿਹਾ ਕਿ ਸਾਨੂੰ ਤਾਂ ਬਹੁਤ ਖੁਸ਼ੀ ਹੈ ਕਿ ਅਗਰ ਸਾਡੇ ਘਰ ਦੇ ਵਿੱਚ ਕੋਈ ਮਹਿਮਾਨ ਆ ਕੇ ਸਾਡੇ ਘਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ। ਕਹਿੰਦੇ ਜਦੋਂ ਇੰਨੀ ਕਹਿਣ ਦੀ ਢੇਰ ਸੀ ਤਾਂ ਕਹਿੰਦੇ ਫਿਰ ਉਹ ਜਿਹੜੇ ਸੱਜਣ ਸੀਗੇ ਉਹ ਉਹਨਾਂ ਨੂੰ ਅੰਦਰ ਲੈ ਗਏ। ਜਦ ਕਹਿੰਦੇ ਅੰਦਰ ਲੈ ਕੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬੈਠ ਗਏ ਤਾਂ ਉਹ ਫਿਰ ਸੱਜਣ ਕਹਿਣ ਲੱਗੇ ਕਿ ਜਿਹੜੇ ਉਹ ਬਾਹਰ ਬਜ਼ੁਰਗ ਆ ਜਿਨ੍ਹਾਂ ਨੇ ਇਹ ਅਸਥਾਨ ਦਿਖਾਇਆ ਹੈਗਾ
ਕਹਿੰਦੇ ਵੀ ਤੁਸੀਂ ਉਹਨਾਂ ਨੂੰ ਵੀ ਅੰਦਰ ਬੁਲਾ ਕੇ ਲੈ ਆਓ। ਕਹਿੰਦੇ ਜਦੋਂ ਮੈਂ ਉਹਨਾਂ ਨੂੰ ਕਿਹਾ, ਪਰ ਉਹ ਜਿਨ੍ਹਾਂ ਦੇ ਘਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀਗਾ, ਉਹ ਇੱਕ ਸਿੰਧੀ ਪਰਿਵਾਰ ਸੀਗਾ। ਕਹਿੰਦੇ ਉਹ ਸਿੰਧੀ ਪਰਿਵਾਰ ਜਿਹੜਾ ਸੀਗਾ, ਉਹ ਕਹਿੰਦੇ ਸਾਨੂੰ ਜਿਹੜਾ ਸੀਗਾ ਇਹ ਸੁਣ ਕੇ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਾ ਵੀ ਉਹ ਜਿਹੜੇ ਬਜ਼ੁਰਗ ਸੀਗੇ ਉਹ ਤੁਹਾਡੇ ਪਿਤਾ ਜੀ ਨਹੀਂ ਸੀਗੇ। ਕਹਿੰਦੇ ਜਦੋਂ ਇੰਨੀ ਗੱਲ ਹੋਈ ਆ ਤਾਂ ਉਹ ਕਸਟਮ ਅਧਿਕਾਰੀ ਕਹਿਣ ਲੱਗੇ, ਕਹਿੰਦੇ ਜੀ ਨਹੀਂ ਉਹ ਤਾਂ ਮੇਰੇ ਪਿਤਾ ਜੀ ਨਹੀਂ ਸੀਗੇ। ਕਹਿੰਦੇ ਮੈਂ ਸਮਝਿਆ ਕਿ ਇਹ ਤੁਹਾਡੇ ਆਪਣੇ ਕੋਈ ਰਿਸ਼ਤੇਦਾਰ ਜਾਂ ਕੋਈ ਤੁਹਾਡੇ ਆਪਣਾ ਘਰ ਦਾ ਹੋਵੇ। ਕਹਿੰਦੇ ਹਜੇ ਇੱਦਾਂ ਦੀ ਗੱਲ ਹੀ ਜਿਹੜੀ ਸੀ ਉਹ ਘਰ 'ਚ ਚੱਲਦੀ ਸੀਗੀ, ਨਾ ਸਿੰਧੀ ਪਰਿਵਾਰਾਂ ਨੂੰ ਸਮਝ ਆਈ ਵੀ ਇਹ ਕੌਣ ਸੀਗੇ, ਅਤੇ ਨਾ ਕਹਿੰਦੇ ਮੈਨੂੰ ਸਮਝ ਆਈ। ਪਰ ਮੈਂ ਉਹਨਾਂ ਨੂੰ ਕਹਿਤਾ ਕਿ ਇਹ ਤਾਂ ਮੈਨੂੰ ਸਮੁੰਦਰ ਦੇ ਕੰਢੇ ਦੇ ਬੀਚ 'ਤੇ ਮਿਲੇ ਸੀਗੇ, ਅਤੇ ਇਹਨਾਂ ਨੇ ਤੁਹਾਡੇ ਘਰ ਦੇ ਗੁਰਦੁਆਰੇ ਸਾਹਿਬ ਦੀ ਜਿਹੜੀ ਆ ਮੈਨੂੰ ਦੱਸ ਪਾਈ ਆ। ਜਦ ਕਹਿੰਦੇ ਇੰਨੀ ਕਹਿਣ ਦੀ ਡੇਰਵਾ, ਅਤੇ ਜਿਹੜੀ ਉਹ ਸਿੰਧੀ ਪਰਿਵਾਰ ਦੀ ਪਤਨੀ ਸੀਗੀ, ਕਹਿੰਦੇ ਉਹ ਉੱਚੀ ਉੱਚੀ ਜਾਰ ਜਾਰ ਰੋਣ ਲੱਗ ਪਈ, ਅਤੇ ਰੋਂਦੀ ਰੋਂਦੀ ਕਹਿਣ ਲੱਗੀ ਕਿ ਕਿਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤਾਂ ਨਹੀਂ ਸੀਗੇ, ਕਿਉਂਕਿ ਉਹਨਾਂ ਤੋਂ ਬਗੈਰ ਦੂਸਰਾ ਕੋਈ ਹੋ ਹੀ ਨਹੀਂ ਸਕਦਾ। ਕਹਿੰਦੇ ਇੰਨੀ ਕਹਿਣ ਦੀ ਡੇਰ ਸੀਗੀ, ਇਹ ਗੱਲ ਜਿਹੜੀ ਸੀ ਸਾਰਿਆਂ ਦੇ ਮਨਾਂ ਨੂੰ ਵੀ ਲੱਗ ਗਈ। ਕਹਿੰਦੇ ਉਹਨੇ ਕਹਿਤਾ ਕਿ ਅਸੀਂ ਇੰਨੇ ਜਿਹੜੇ ਹੈਗੇ ਆ ਭਾਗਹੀਣ ਹੈ ਕਿ ਗੁਰੂ ਨਾਨਕ ਸਾਹਿਬ ਸਾਡੇ ਘਰ ਚੱਲ ਕੇ ਆਏ ਆ, ਪਰ ਅਸੀਂ ਉਹਨਾਂ ਨੂੰ ਮੱਥਾ ਤੱਕ ਨਹੀਂ ਟੇਕਿਆ, ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ, ਉਹਨਾਂ ਦੀ ਕੋਈ ਆਉ ਭਗਤ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਸਾਡੇ ਘਰ ਤੋਂ ਬਾਹਰ ਹੀ ਖੜ੍ਹੇ ਹੋ ਕੇ ਚਲੇ ਗਏ। ਕਹਿੰਦੇ ਜਦੋਂ ਉਹਨੇ ਉੱਚੀ ਉੱਚੀ ਜਿਹੜਾ ਸੀਗਾ ਉਹ ਸਿੰਧੀਆਂ ਦੀ ਪਤਨੀ ਨੇ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਕਹਿੰਦੇ ਬਸ ਫਿਰ ਕੀ ਸੀ ਜਿਹੜਾ ਉਹਦਾ ਦਾ ਸਿੰਧੀ ਪਰਿਵਾਰ ਦਾ ਜਿਹੜਾ ਉਹਦਾ ਘਰ ਵਾਲਾ ਸੀਗਾ, ਉਹ ਕਹਿਣ ਲੱਗਾ ਭਾਗਵਾਨ ਨੇ ਤੂੰ ਫਿਕਰ ਨਾ ਕਰ, ਮੈਨੂੰ ਲੱਗਦਾ ਕਿ ਅਜੇ ਉਹ ਜ਼ਿਆਦਾ ਦੂਰ ਨਹੀਂ ਗਏ, ਇੱਥੇ ਹੀ ਆ। ਕਹਿੰਦੇ ਅਸੀਂ ਦੌੜ ਕੇ ਜਾ ਕੇ ਹੈ ਨਾ ਉਹਨਾਂ ਦੇ ਘਰ ਦੇ ਅੰਦਰ ਗੈਰਜ ਵਿੱਚ ਖੜ੍ਹੀ ਕਾਰ ਉਸੇ ਟਾਈਮ ਸਟਾਰਟ ਕੀਤੀ, ਉਹਦੇ ਵਿੱਚ ਉਹ ਸਿੰਧੀ ਪਰਿਵਾਰ ਅਤੇ ਕਹਿੰਦੇ ਮੈਂ ਵੀ ਨਾਲ ਬੈਠ ਗਿਆ। ਕਾਰ ਸਟਾਰਟ ਕਰਕੇ ਜਲਦੀ ਨਾ ਕੱਢ ਕੇ ਕਹਿੰਦੇ ਅਸੀਂ ਉਸ ਬਜ਼ੁਰਗ ਬਾਬਾ ਜੀ ਦੀ ਭਾਲ ਦੇ ਵਿੱਚ ਕਹਿੰਦੇ ਨਿਕਲੇ। ਜਿਉਂ ਕਹਿੰਦੇ ਨਿਕਲੇ, ਜਿਉਂ ਕਹਿੰਦੇ ਅਸੀਂ ਸੜਕ 'ਤੇ ਆਲਾ ਦੁਆਲਾ ਗਲੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੂੰ ਨਹੀਂ ਲੱਭਿਆ, ਪਰ ਕਹਿੰਦੇ ਅਸੀਂ 55 ਮੀਲ ਦੀ ਯਾਤਰਾ ਪੂਰੀ ਕਰਕੇ ਅਖੀਰ ਥੱਕ ਟੁੱਟ ਗਏ। ਪਰ ਉਸ ਜਿਹੜੇ ਸੱਜਣ ਸੀਗੇ ਜਿਨ੍ਹਾਂ ਨੇ ਕਹਿੰਦੇ ਇਹ ਘਰ ਦੱਸਿਆ ਸੀਗਾ, ਉਹਨਾਂ ਦਾ ਸਾਨੂੰ ਕੋਈ ਦਰਸ਼ਨ ਨਹੀਂ ਹੋਇਆ। ਅਖੀਰ ਕਹਿੰਦੇ ਫਿਰ ਸਾਨੂੰ ਜਿਹੜੇ ਸੀਗੇ ਸਾਡੇ ਅਨੁਭਵ ਦੇ ਵਿੱਚ ਇਹ ਆਇਆ ਕਿ ਗੁਰੂ ਨਾਨਕ ਸਾਹਿਬ ਜਿਹੜੇ ਸੀਗੇ ਉਹ ਆਪ ਹੀ ਪ੍ਰਗਟ ਹੋ ਕੇ ਇਸ ਜਿਹੜੀ ਭਾਵਨਾ ਸੀਗੀ ਕਿ ਗੁਰਦੁਆਰਾ ਸਾਹਿਬ 12 ਮੀਲ 'ਤੇ ਹੈ, ਅਗਰ ਲਾਗੇ ਹੁੰਦਾ ਮੈਂ ਜ਼ਰੂਰ ਦਰਸ਼ਨ ਕਰਦਾ, ਉਹਨਾਂ ਨੇ ਉੱਥੋਂ ਸਮੁੰਦਰ ਬੀਚ ਤੋਂ ਮੈਨੂੰ ਇੱਥੇ ਲਿਆ ਕੇ ਮੇਰੇ ਘਰ ਦਾ ਜਿਹੜਾ ਚੌਥਾ ਮਕਾਨ ਸੀਗਾ ਉਸ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਾ ਜਿਹੜਾ ਸੀਗਾ ਸਾਰਾ ਫਲ ਮੈਨੂੰ ਦੇਣ ਦਾ ਜਿਹੜਾ ਸੀ ਇਹ ਉਪਰਾਲਾ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਇਹੋ ਜਿਹੇ ਜਿਹੜੇ ਬੰਦੇ ਜੋ ਸਮਾਂ ਪਾ ਕੇ ਪਹਿਲਾਂ ਬੜੇ ਨਾਸਤਿਕ ਸੀਗੇ, ਪਰ ਜਦੋਂ ਉਹ ਮਨ ਬਚਨ ਕਰਮ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਗਏ ਆ, ਅਤੇ ਉਹਨਾਂ ਦੇ ਕਾਰਜ ਜਿਹੜੇ ਹੈਗੇ ਆ ਆਪ ਨਿਰੰਕਾਰ ਆਪਣਾ ਸਰਗੁਣ ਰੂਪ ਧਾਰ ਕੇ ਪੂਰੇ ਕਰਦਾ ਹੈਗਾ, ਅਤੇ ਜਿਨ੍ਹਾਂ ਦੇ ਪਰਿਵਾਰ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੀਆਂ ਹੈ, ਕਿ ਉਹਨਾਂ ਦੇ ਕਾਰਜ ਵਾਹਿਗੁਰੂ ਨਹੀਂ ਸਵਾਰਦਾ? ਭਾਈ ਸਵਾਰਦਾ ਹੈ, ਜ਼ਰੂਰ ਸਵਾਰਦਾ, ਕਿਉਂਕਿ ਉਹਦਾ ਇੱਕ ਵੀ ਜਿਹੜਾ ਹੈ ਨਾ ਕਦਮ ਹੈਗਾ ਗੁਰਸਿੱਖ ਦਾ ਵਾਹਿਗੁਰੂ ਵੱਲ ਚੱਲਣ ਦਾ, ਉਹ ਕਦੀ ਵਿਅਰਥ ਨਹੀਂ ਜਾਂਦਾ। ਕਿਉਂਕਿ ਭਾਈ ਗੁਰਦਾਸ ਜੀ ਮਹਾਰਾਜ ਨੇ ਬੜਾ ਸੁੰਦਰ ਜਿਹੜੇ ਕਥਨ ਕੀਤੇ ਆ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਬਸ ਗੱਲ ਥੋੜ੍ਹੀ ਧੀਰਜ ਦੀ ਹੈ, ਜਦੋਂ ਮਨ ਦੇ ਵਿੱਚ ਧੀਰਜ ਆਵੇ ਕਿ ਜੋ ਬੀਜ ਅਸੀਂ ਬੀਜਿਆ ਹੈ ਨਾ ਵਾਹਿਗੁਰੂ ਉਸ ਨੂੰ ਜ਼ਰੂਰ ਭਾਗ ਲਾਵੇਗਾ। ਸੋ ਧੀਰਜ ਜਿਹੜਾ ਹੈ ਨਾ ਇਹ ਸਭ ਤੋਂ ਵੱਡਾ ਹਥਿਆਰ ਹੈਗਾ, ਕਿਉਂਕਿ ਧੀਰਜ ਤੋਂ ਬਾਅਦ ਜਿਹੜੀ ਹੈ ਨਾ ਕਾਮਯਾਬੀ ਆ ਬਹੁਤ ਹੀ ਛੇਤੀ ਅਤੇ ਜਲਦੀ ਪ੍ਰਾਪਤ ਹੋ ਜਾਂਦੀ ਆ। ਇਸ ਕਰਕੇ ਸਾਨੂੰ ਨਾ ਤਾਂ ਕਾਹਲੀ ਕਰਨੀ ਚਾਹੀਦੀ ਹੈ ਅਤੇ ਨਾ ਸੁਸਤੀ ਕਰਨੀ ਚਾਹੀਦੀ ਹੈ। ਅਗਰ ਕਾਰਜ ਰਾਸ ਹੋਣ ਦੇ ਵਿੱਚ ਹੈ ਨਾ ਢਿੱਲ ਮੱਠ ਹੋ ਰਹੀ ਹੈ ਤਾਂ ਉਹਦਾ ਕਾਰਨ ਅਸੀਂ ਹਾਂ ਕਿ ਸਾਡੇ ਅੰਦਰ ਜਿਹੜਾ ਨਾ ਕਾਲਾਪਨ ਹੈ ਉਹ ਬਹੁਤ ਜ਼ਿਆਦਾ ਹੈ। ਪਰ ਗੁਰਬਾਣੀ ਨੇ ਕਹਿਤਾ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੋ ਕਹਿ ਤੋਂ ਪਹੁੰਚਾ। ਇਸ ਕਰਕੇ ਸਾਨੂੰ ਸੇਵਾ ਦੇ ਨੇਮ ਨੂੰ ਵਧਾ ਦੇਣਾ ਚਾਹੀਦਾ ਹੈਗਾ, ਅਤੇ ਸੇਵਾ ਦਾ ਜਦੋਂ ਨੇਮ ਵਧਾ ਦੇਵਾਂਗੇ ਤਾਂ ਫਿਰ ਗੁਰਬਾਣੀ ਦੇ ਇਹ ਫਰਮਾਨ ਸਾਡੇ 'ਤੇ ਲਾਗੂ ਹੋ ਜਾਣਗੇ ਕਿ ਕਉ ਰਵਿਦਾਸ ਪਰੋ ਤੇਰੀ ਸਾਂਭਾ, ਵੇਗ ਮਿਲੋ ਜਨ ਕਰਨਾ ਵਿਲੰਬਾ।
ਕਿ ਜਦੋਂ ਸ਼ਰਨ ਪੈ ਜਾਂਦਾ ਹੈ ਨਾ, ਵਾਹਿਗੁਰੂ ਜਿਹੜਾ ਆਪ ਧਾ ਕੇ ਦੌੜ ਕੇ ਉਹਦੇ ਕਾਰਜ ਸਵਾਰਦਾ ਹੈ, ਅਤੇ ਉਹ ਪਹਿਲਾਂ ਵੀ ਕਾਰਜ ਸਵਾਰਦਾ ਇਸ ਸੰਸਾਰ ਦੇ ਅੰਦਰ, ਅਤੇ ਅੱਜ ਵੀ ਸਵਾਰਦਾ ਹੈ, ਅਤੇ ਗਾਂਹ ਵੀ ਸਵਾਰਦਾ ਰਹਿ ਗਿਆ। ਇਸੇ ਕਰਕੇ ਗੁਰਬਾਣੀ ਨੇ ਕਿਹਾ ਹੈ ਕਿ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਉਹ ਆਪਣੇ ਸੇਵਕਾਂ ਦੀ ਪੈਜ ਰੱਖਦਾ ਆਇਆ ਹੈ ਅਤੇ ਰੱਖਦਾ ਰਹੇਗਾ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।